ਕਰਮ ਸਤਿਕਾਰ ਗੁਰੂ ਪੰਥ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਦਿੱਤ ਸਿੰਘ ਜੀ ਬਾਰੇ ਬਹੁਤ ਸਾਰੀਆਂ ਵਿਚਾਰਾਂ ਹੁਣ ਤੱਕ ਆਪ ਜੀ ਨੇ ਸ਼ਰਨ ਕੀਤੀਆਂ। ਜੀਵਨੀ ਉਹਨਾਂ ਦੀ ਲਗਭਗ ਸਾਰੀ ਕਵਰ ਹੋ ਚੁੱਕੀ ਹੈ। ਮੈਂ ਉਸ ਜੀਵਨੀ ਦੇ ਸਿਰਫ ਇੱਕੋ ਪੱਖ 'ਤੇ ਆਪ ਜੀ ਨਾਲ ਗੱਲ ਕਰਨੀ ਚਾਹਾਂਗਾ ਕਿ ਗਿਆਨੀ ਜੀ ਦਾ ਜਿਸ ਟੱਬਰ ਵਿੱਚ ਜਨਮ ਹੋਇਆ, ਉਸ ਟੱਬਰ ਦਾ ਜਿਹੜਾ ਕਿੱਤਾ ਸੀ ਉਹ ਉਹਨਾਂ ਦਾ ਜਾਤ ਵਾਲਾ ਕਿੱਤਾ ਨਹੀਂ ਸੀ। ਜਾਤ ਹੋਰ ਸੀ ਤੇ ਕਿੱਤਾ ਹੋਰ ਸੀ। ਪਿਤਾ ਜੀ ਬੁਨਕਰ ਸਨ ਤੇ ਨਾਲ ਪ੍ਰਚਾਰਕ ਸਨ। ਉਹਨਾਂ ਦਾ ਆਪਣੇ ਟੱਬਰ ਵਿੱਚ ਵੀ ਜਿਹੜਾ ਅਸਲ ਵਿਸ਼ਵਾਸ ਸੀ ਉਹ ਔਰਤ ਸਮਾਜ ਨੂੰ ਆਪਣੇ ਬਰਾਬਰ ਦੇ ਰੱਖਣ ਦਾ ਸੀ। ਉਹਨਾਂ ਨੂੰ ਆਪਣੀ ਵਿਦਿਆਵੰਤ ਕੌਰ ਬੇਟੀ ਦੇ ਚਲਾਣੇ ਤੋਂ ਬਾਅਦ ਬਹੁਤ ਵੱਡਾ ਧੱਕਾ ਲੱਗਾ। ਪੁੱਤਰ ਦਾ ਨਾਮ ਉਹਨਾਂ ਨੇ ਸਰਦਾਰ ਗੁਰਦੇਵ ਸਿੰਘ ਰੱਖਿਆ, ਪਰ ਬੇਟੀ ਦੀ ਚੋਣ ਦਾ ਨਾਂ ਦੇਖੋ ਤੁਸੀਂ, ਕਿਆ ਚੋਣ ਹੈ, ਵਿਦਿਆਵੰਤ ਕੌਰ। ਇੱਕ ਚੀਜ਼ ਜਿਹੜੀ ਇਨਸਾਨ ਦੀ ਉਹਦੇ ਕਿਰਦਾਰ ਦੇ ਜੀਵਨ ਅਮਲ ਵਿੱਚੋਂ ਨਿਕਲਦੀ ਹੈ, ਉਹ ਕਿਰਦਾਰ ਨੂੰ ਬਹੁਤ ਜ਼ਿਆਦਾ ਸਪਸ਼ਟ ਕਰਕੇ ਜਾਂਦੀ ਹੈ। ਉਹ ਉਸਦੇ ਥਾਟ ਨੂੰ ਵੀ ਸਪਸ਼ਟ ਕਰਦੀ ਹੈ, ਉਹ ਉਸਦੇ ਥਾਟ ਦੇ ਵਿਵੇਕ ਨੂੰ ਵੀ ਸਪਸ਼ਟ ਕਰਦੀ ਹੈ ਕਿ ਉਹ ਕਿੱਥੇ ਪਹੁੰਚਾਉਣਾ ਚਾਹੁੰਦਾ ਸਮਾਜ ਨੂੰ। ਇਸੇ ਲਈ ਜਿਵੇਂ ਸਰਦਾਰ ਮਾਖੂ ਸਾਹਿਬ ਨੇ ਕਿਹਾ, ਸਰਦਾਰ ਸਾਹਿਬ ਨੇ ਵੀ ਕਿਹਾ ਕਿ ਕੰਨਿਆ ਮਹਾਵਿਦਿਆਲਾ ਪਹਿਲਾਂ ਉਹਨਾਂ ਨੇ ਸਥਾਪਿਤ ਕੀਤਾ ਸਮਾਜ ਵਿੱਚ। ਬਹੁਤ ਵੱਡੀ ਗੱਲ ਹੈ, ਇਹ ਉੱਥੋਂ ਸ਼ੁਰੂ ਹੁੰਦੀਆਂ ਨੇ ਥਾਟ ਦੀਆਂ ਗੱਲਾਂ, ਸੋਚ ਦੀਆਂ ਗੱਲਾਂ। ਹਰ ਕੌਮ ਸੋਚ ਨਾਲ ਅੱਗੇ ਵੱਧਦੀ ਹੈ, ਦਲੇਰੀ, ਉਸਦੀ ਜ਼ਰੂਰਤ, ਉਸਦੀ ਸ਼ਹੀਦੀ ਤਾਂ ਹੀ ਥਾਂ ਪੈਂਦੀ ਹੈ ਜੇ ਉਸਦੇ ਮਗਰ ਉਸਦੀ ਸੋਚ ਹੈ। ਜੇ ਸੋਚ ਨਹੀਂ ਹੈ ਤੇ ਸਭ ਕੁਛ ਉਵੇਂ ਹੀ ਜਾਇਆ ਚਲਾ ਜਾਂਦਾ ਹੈ, ਜਿਵੇਂ ਜੂਨ 84 ਤੋਂ ਬਾਅਦ ਵਰਤਮਾਨ ਹੀ ਜਾਇਆ ਚਲਾ ਗਿਆ। ਮੈਂ ਉਹਨਾਂ ਦੇ ਜੀਵਨ ਕਾਲ ਵਿੱਚ ਉਹ ਕਿਸ ਵੇਲੇ ਕੰਮ ਕਰਨ ਲਈ ਸਾਹਮਣੇ ਆਏ, ਥੋੜ੍ਹੀ ਜਿਹੀ ਸਮਾਜ ਦੀ ਬਣਤਰ ਨੂੰ ਪਾਠਕਾਂ ਦੇ ਸਨਮੁੱਖ ਰੱਖਣਾ ਚਾਹੁੰਦਾ ਤਾਂ ਕਿ ਅਸੀਂ ਉਸ ਸਮਾਜ ਦੀ ਸੰਜੀਦਗੀ ਨਾਲ ਗਹਿਰਾਈ ਨਾਪ ਸਕੀਏ। 1849 ਨੂੰ ਸਿੱਖ ਰਾਜ ਚਲਾ ਜਾਂਦਾ ਤੇ ਕੌਮ ਗੁਲਾਮ ਹੋ ਜਾਂਦੀ ਹੈ। ਗੱਲ ਬੜੀ ਬਰੀਕ ਬਰੀਕ ਬੀਨੀ ਨਾਲ ਸਮਝਣ ਵਾਲੀ ਜੇ 1849 ਨੂੰ ਸਿੱਖ ਗੁਲਾਮ ਹੋ ਜਾਂਦਾ।
ਤੇ 1850 ਨੂੰ ਆਨੰਦਪੁਰ ਕਲੋਲ ਵਿੱਚ ਫਿਰ ਸਿੱਖਾਂ ਵਿੱਚ ਸਿੱਖ ਰਾਜ ਦੀ ਚਿਣਤ ਚਲਾਉਣ ਵਾਸਤੇ ਦਿੱਤ ਸਿੰਘ ਜਨਮ ਲੈ। ਉਹ ਸਮਾਜ ਵਿੱਚ ਜਿਸ ਵੇਲੇ ਸਿੱਖ ਰਾਜ ਦਾ ਪਤਨ ਹੁੰਦਾ ਹੈ ਤੇ ਸਿੱਖ ਤੜਾ ਤੜ ਕੇਸ ਕਤਲ ਕਰਵਾ ਕੇ ਵਿਪਰਕੀ ਰੀਤ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰੀ ਜਾ ਰਹੇ ਸੀ, ਤੜਾ ਤੜ ਅੰਗਰੇਜ਼ਾਂ ਨੇ ਜਿਹੜੀ ਮਰਦਮਸ਼ੁਮਾਰੀ ਕਰਾਈ, ਉਹ ਮਰਦਮਸ਼ੁਮਾਰੀ ਵੀ ਦੱਸਦੀ ਹੈ ਕਿ ਸਿੱਖ ਕੌਮ ਦਾ ਕਿੰਨਾ ਜ਼ਿਆਦਾ ਭਾਨ ਹੋਇਆ। ਅੰਕੜੇ ਚ ਨਹੀਂ ਲੈ ਕੇ ਜਾਵਾਂਗਾ, ਸਰਲ ਗੱਲ ਕਰਨੀ ਚਾਹੁੰਦਾ। ਦੂਸਰਾ ਹਮਲਾ ਉਸਦੇ ਨਾਲ ਹੋਇਆ ਕਿਉਂਕਿ ਅੰਗਰੇਜ਼ ਆਏ, ਅੰਗਰੇਜ਼ ਈਸਾਈਅਤ ਨੂੰ ਲੈ ਕੇ ਆਏ, ਈਸਾਈਅਤ ਦਾ ਅਟੈਕ ਸਿੱਖਾਂ ਤੇ ਹੋ ਗਿਆ, ਜਿਵੇਂ ਪ੍ਰੋਫੈਸਰ ਸਾਹਿਬ ਨੇ ਵੀ ਕਿਹਾ, ਹੋਰ ਬੁਲਾਰਿਆਂ ਨੇ ਵੀ ਕਿਹਾ। ਪਹਿਲਾਂ ਵਿਪਰਕੀ ਰੀਤ ਦਾ ਹੋਇਆ, ਬ੍ਰਾਹਮਣਵਾਦ ਦਾ ਹੋਇਆ, ਹਿੰਦੂਤਵ ਦਾ ਹਮਲਾ ਹੋਇਆ, ਉਸ ਤੋਂ ਬਾਅਦ ਈਸਾਈਅਤ ਦਾ ਹਮਲਾ ਹੋਇਆ। ਈਸਾਈਅਤ ਤੋਂ ਬਾਅਦ ਫਿਰ ਸਿੱਖਾਂ ਤੇ ਇੱਕ ਹੋਰ ਹਮਲਾ ਹੋ ਗਿਆ, ਉਹ ਹਮਲਾ ਸੀ ਆਰਿਆ ਸਮਾਜੀ ਸਤਿਆਰ ਪ੍ਰਕਾਸ਼ੀਆਂ ਦਯਾਬੰਦੀਆਂ। ਪਰ ਉਹ ਹਮਲਾ ਇਸ ਕਦਰ ਗੰਭੀਰ ਹਮਲਾ ਸੀ ਕਿ ਸਾਡੇ ਵਿਦਵਾਨਾਂ ਨੇ ਵੀ, ਲਿਖਾਰੀਆਂ ਨੇ ਵੀ ਉਸਦੀ ਸੰਜੀਦਗੀ ਨੂੰ ਐਂ ਨਹੀਂ ਪ੍ਰਗਟ ਕੀਤਾ ਜਿਵੇਂ ਕਰਨਾ ਚਾਹੀਦਾ ਸੀ। ਉਹ ਕੀ ਹਮਲਾ ਸੀ ਕਿ ਪੰਡਿਤ ਦਯਾਨੰਦ ਗੁਰਦੁਆਰਿਆਂ ਦੀਆਂ ਸਿੱਖ ਸਟੇਜਾਂ ਤੋਂ ਆਪਣਾ ਪ੍ਰਚਾਰ ਕਰਨਾ ਸੀ। ਹਮਲੇ ਦੀ ਬੁਨਿਆਦ ਦੇਖੋ, ਮਾਰ ਦੇਖੋ, ਪੰਡਿਤ ਦਯਾਨੰਦ ਸਿੱਖਾਂ ਦੀਆਂ ਸਟੇਜਾਂ ਤੋਂ ਪ੍ਰਚਾਰ ਕਰਦਾ ਸੀ ਤੇ ਪੰਡਿਤ ਦਯਾਨੰਦ ਨੂੰ ਸਾਰਾ ਭਾਰਤ ਦੁਰਕਾਰ ਚੁੱਕਾ ਸੀ ਤੇ ਸਿੱਖਾਂ ਨੇ ਉਸਨੂੰ ਇਤਨਾ ਜ਼ਿਆਦਾ ਫੀਡ ਕੀਤਾ, ਖੁਰਾਕ ਦਿੱਤੀ ਕਿ ਉਹ ਪੰਜਾਬ ਵਿੱਚ ਆਪਣੇ ਪੈਰ ਜਮਾ ਗਿਆ ਤੇ ਸਿੱਖ ਧਰਮ ਵਿੱਚ ਆਪਣੇ ਪੈਰ ਜਮਾ ਗਿਆ। ਪਰ ਇਤਨਾ ਗੰਭੀਰ ਹਮਲਾ, ਇਸੇ ਹਮਲੇ ਦੇ ਨਾਲ ਨਾਲ ਬਹੁਤ ਹੀ ਅਟੈਕ ਹੋਇਆ, ਗੁਰਮਤਿ ਦੀ ਪ੍ਰਣਾਲੀ ਨੂੰ ਫਿਰ ਵਿਪਰਕੀ ਰੀਤ ਵਿੱਚ ਡਿਫਾਈਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਮੈਂ ਹਮਲੇ ਦੀ ਨਾ ਗਿਆ ਜਿਸ ਵੇਲੇ ਗਿਆਨੀ ਦਿੱਤ ਸਿੰਘ ਜੀ ਨੇ ਆਪਣਾ ਸਿੱਖ ਧਰਮ ਵਿੱਚ ਪੈਰ ਰੱਖਿਆ, ਪ੍ਰਚਾਰ ਕੀਤਾ। ਉਸ ਤੋਂ ਪਹਿਲਾਂ ਦੇ ਹਵਾਲ ਜਨਮ ਤੋਂ ਲੈ ਕੇ ਪ੍ਰਚਾਰ ਵੇਲੇ ਦੱਸਦੇ ਹਾਂ, ਗੁਰਮਤਿ ਨੂੰ ਬ੍ਰਾਹਮਣੀ ਕਲ ਰੀਤੀ ਰਿਵਾਜ ਵਿੱਚ ਹਿੰਦੁਤਵਾ ਵਿੱਚ ਪਰੋ ਕੇ ਔਰ ਉਸੇ ਹੀ ਸਿਧਾਂਤ ਵਿੱਚ ਪਰਣਾ ਕੇ ਇੱਕੋ ਮਾਲਾ ਦੇ ਮੰਨ ਕੇ ਬਣਾ ਕੇ ਸਿੱਖਾਂ ਨੂੰ ਪਰੋਸਣਾ ਆਰੰਭ ਹੋ ਗਿਆ। ਅਸੀਂ ਕਹਿੰਦੇ ਹਾਂ ਨਾ ਕਿ ਸਾਡੇ ਵਿੱਚ ਬ੍ਰਾਹਮਣਵਾਦ ਕਿੱਥੋਂ ਆਇਆ, ਉਸਦੀ ਆਰੰਭਤਾ ਜੇ ਵੈਸੇ ਤਾਂ ਮੈਂ ਸਿੱਖ ਰਾਜ ਨੂੰ ਆਰੰਭਤਾ ਮੰਨਦਾ, ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ।
ਤੇ ਇੱਕਦਮ ਜਦੋਂ ਰਾਜ ਗਿਆ ਤੇ ਉਹਨੇ ਆਪਣੇ ਸਿਰ ਚੁੱਕ ਲਏ। ਇਹ ਪੰਜਵਾਂ ਟਰੈਕ ਸੀ ਸਮਾਜ ਤੇ ਸਿੱਖ ਸਮਾਜ ਤੇ। ਛੇਵਾਂ ਟਰੈਕ ਨਾਲੋ ਨਾਲ ਹੋ ਰਿਹਾ ਸੀ ਕਿ ਸਿੱਖ ਸਮਾਜ ਦੀ ਪੜ੍ਹੀ ਲਿਖੀ ਜਮਾਤ ਜਿਹੜੀ ਬੌਧਿਕ ਜਮਾਤ ਆਪਣੇ ਆਪ ਨੂੰ ਮੰਨਦੀ ਸੀ ਉਹ ਈਸਾਈਅਤ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਈ। ਕੁਲੀਨ ਸਿੱਖ ਵਰਗ ਈਸਾਈਅਤ ਨਾਲ ਜੁੜ ਗਿਆ ਮੁਕੰਮਲ ਤੌਰ ਤੇ। ਤਾਵੇਂ ਤਾਵੇਂ ਬਚੇ ਨਹੀਂ ਤੇ ਸਾਰੇ ਉਸਦੇ ਪ੍ਰਭਾਵ ਦੇ ਥਾਂ ਤੇ ਸਿੱਖ ਰਾਜ ਤੇ ਸਿੱਖ ਸਟੇਟਸ ਨਾਲ ਜਿਹੜਾ ਇੱਕ ਹੋਰ ਅਟੈਕ ਸਿੱਖਾਂ ਤੇ ਹੋਇਆ ਹੋਇਆ ਸੀ ਉਹ ਬੜਾ ਗਹਿਰਾ ਸੀ। ਉਸ ਅਟੈਕ ਨੂੰ ਵੀ ਸਾਨੂੰ ਸਮਝਣਾ ਚਾਹੀਦਾ ਸਾਰਿਆਂ ਨੂੰ। ਉਹ ਅਟੈਕ ਸੀ ਗੁਰੂ ਅੰਸ਼ ਤੇ ਗੁਰੂ ਬੰਸ਼ ਦੀ ਪ੍ਰਪਾਟੀ ਜਿਨ੍ਹਾਂ ਨੇ ਸਿੱਖਾਂ ਨੂੰ ਸ਼ਬਦ ਗੁਰੂ ਦੀ ਗੁਰਿਆਈ ਤੋਂ ਤੋੜ ਕੇ ਦੇਹਧਾਰੀ ਗੁਰੂ ਦੀ ਪਰੰਪਰਾ ਵਿੱਚ ਫੇਰ ਪਰਾਉਣ ਦੀ ਕੋਸ਼ਿਸ਼ ਕਰ ਲਈ। ਬੇਦੀ ਖੇਮ ਸਿੰਘ ਬੇਦੀ ਸਾਰੇ ਉਸਦੀ ਪਰੰਪਰਾ ਮੱਖੂ ਸਾਹਿਬ ਵੀ ਦੱਸ ਕੇ ਗਏ ਨੇ ਬਾਕੀ ਵੀ ਦੱਸ ਕੇ ਗਏ ਨੇ ਪਰ ਮੈਂ ਉਸ ਸਮਾਜ ਦੀ ਬਣਤਰ ਦੱਸ ਰਿਹਾ ਕਰਨਾ। ਬਣਤਰ ਸਮਝੋ ਉਹ ਅੱਠਵੀਂ ਵੰਡ ਸਾਜੀ ਅੱਠ ਵੰਡਾਂ ਹੋ ਗਈਆਂ ਇੱਕ ਨੌਵੀਂ ਵੰਡ ਵੀ ਸੀ ਪਰ ਬੜੀ ਗੰਭੀਰ ਵੰਡ ਸੀ ਉਹ ਨਵੀਂ ਵੰਡ। ਉਹ ਨਵੀਂ ਵੰਡ ਸੀ ਨਿਰੰਕਾਰੀਆਂ ਦਾ ਸਮਾਜ ਵਿੱਚ ਵਿਚਰ ਕਰਨਾ। ਉਹ ਵੀ ਗੁਰੂ ਰਾਮ ਨਾਲ ਪ੍ਰੇਰਿਤ ਸਨ ਉਹ ਵੀ ਉਸੇ ਵੇਲੇ ਹੀ ਸਿਰ ਕੱਢ ਕੇ ਸਿੱਖ ਸਮਾਜ ਵਿੱਚ ਆਏ ਤੇ ਇੱਕ ਦਸਵੀਂ ਵੰਡ ਵੀ ਉਸ ਵੇਲੇ ਹੋਈ। ਬਹੁਤ ਗੰਭੀਰ ਸਮਾਂ ਸੀ ਜੀ ਉਹ ਸੰਕਰਮਣ ਕਾਲ ਜਿਹਨੂੰ ਕਹੀਦਾ ਨਾ ਉਹ ਸਿੱਖਾਂ ਤੇ ਸੀ ਜਿਸ ਵੇਲੇ ਪ੍ਰੋਫੈਸਰ ਗੁਰਮੁਖ ਸਿੰਘ ਤੇ ਗਿਆਨੀ ਦੇਵ ਸਿੰਘ ਜੀ ਨੇ ਕੰਮ ਆਰੰਭਿਆ। ਉਹ ਸੀ ਕੂਕਾ ਲੈਬ ਦਾ ਸਿੱਖਾਂ ਹੀ ਚਾਹਣਾ ਤੇ ਗਿਆਰਵਾਂ ਗੁਰੂ ਪ੍ਰਗਟ ਕਰ ਉਹ ਵੀ ਉਸੇ ਸਮੇਂ ਕਾਲ ਵਿੱਚ ਬੜੇ ਗੰਭੀਰਤਾ ਨਾਲ ਹੋਇਆ ਤਾਂ ਅੰਗਰੇਜ਼ਾਂ ਦੇ ਖਿਲਾਫ ਰਿਵੋਲਟ ਦੇ ਤੌਰ ਤੇ ਸੀ ਪਰ ਸਿੱਖ ਸਮਾਜ ਦੀਆਂ ਧਾਰਮਿਕ ਮੰਡੀਆਂ ਵਿੱਚ ਉਸਨੇ ਬਹੁਤ ਵੱਡੀ ਵੱਡੀ ਕਾਲ ਕੀਤੀ। ਅਜਿਹੀ 10 ਵੰਡੀਆਂ ਜਿਹੜੀਆਂ ਕਿ ਸਮਾਜ ਨੂੰ ਮੁਕੰਮਲ ਤੌਰ ਤੇ ਆਪਣੀ ਜਕੜ ਵਿੱਚ ਲੈ ਚੁੱਕੀਆਂ ਸਨ ਉਸ ਸਮਾਜ ਨੂੰ ਫੇਰ ਤੋਂ ਗੁਰਮਤ ਦੇ ਲੜ ਲਾਉਣ ਦੀ ਕੋਸ਼ਿਸ਼ ਕਰਨੀ ਪਰ ਉਹ ਵੀ ਉਸ ਵਿਅਕਤੀ ਵੱਲੋਂ। ਮੈਂ ਫਿਰ ਸਮਾਜਕ ਬਣਤਰ ਵਿੱਚ ਜਾ ਰਿਹਾ ਕਿਉਂਕਿ ਸਮਾਜਕ ਬਣਤਰ ਨੂੰ ਸਮਝਣਾ ਬੜਾ ਜ਼ਰੂਰੀ ਜੇ ਜਦ ਤੱਕ ਅਸੀਂ ਸਮਾਜਕ ਬਣਤਰ ਮੈਂ ਸਿਰਫ ਗਿਆਨੀ ਦੇਵ ਸਿੰਘ ਜੀ ਦੇ ਸਿਧਾਂਤ ਤੇ ਸੰਕਲਪ ਦੀ ਗੱਲ ਕਰਾਂਗਾ ਕਿਉਂਕਿ ਜੀਵਨੀ ਦੀ ਤਾਂ ਕਰ ਲਈ ਗਈ ਜੀਵਨੀ ਬਹੁਤ ਜ਼ਿਆਦਾ ਸੁਣਾਈ ਜਾਂਦੀ ਹੈ। ਅਸੀਂ ਸਿਧਾਂਤ ਤੇ ਸੰਕਲਪ ਨੂੰ ਭੁੱਲੀ ਜਾ ਰਹੇ ਹਾਂ। ਜਿਸ ਵੇਲੇ ਅਜਿਹੀ ਸਾਰੀ ਬਣਤਰ ਵਿੱਚ ਗਿਆਨੀ ਜਿੱਤ ਸਿੰਘ ਜਨਮ ਲੈਂਦਾ ਹੈ ਤੇ ਉਹ ਵੀ ਉਦਾਸੀ ਡੇਰੇ ਗੁਲਾਬ ਦਾਸੀਆਂ ਕੋਲ ਪੜ੍ਹਨ ਪਾਇਆ ਜਾਂਦਾ। ਸਮਾਜ ਦਾ ਹਾਲ ਦੇਖੋ ਸਾਡੇ ਸਿੱਖ ਸਮਾਜ ਦਾ ਜਿਸ ਤੇ ਅਸੀਂ ਸਿੱਖ ਰਾਜ ਦਾ ਫਖਰ ਕਰਦੇ ਹਾਂ
ਤੇ ਸਾਡੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿੰਦੇ ਦਿੰਦੇ ਚਲੇ ਗਏ, ਮਿਲਿਆ ਤਾਂ ਸਾਨੂੰ ਹੈ ਨਹੀਂ। ਤੇ ਕੋਈ ਬੀੜਾ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੁੱਕ ਲਿਆ, ਮੈਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਵਾਂਗਾ, ਦੇਣਾ ਇਹਨੇ ਵੀ ਨਹੀਂ ਜੇ ਮੈਂ ਲਿਖ ਕੇ ਦੇ ਸਕਦਾ ਤੁਹਾਨੂੰ, ਮੇਰੇ ਤੇ ਚਾਹੇ ਸ਼ਾਮ ਪੇਪਰ ਤੇ ਲਗਵਾਓ। ਕਿਉਂਕਿ ਉਹ ਸਿੱਖ ਰਾਜ ਤਾਂ ਖੁਦ ਮਹਾਰਾਜਾ ਰਣਜੀਤ ਸਿੰਘ ਨਹੀਂ ਦੇ ਸਕਿਆ, ਇਹਨਾਂ ਨੇ ਕਿੱਥੋਂ ਦੇ ਦੇਣਾ। ਜੇ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦਿੱਤਾ ਹੁੰਦਾ, ਜਿਹਨੂੰ ਅਸੀਂ ਆਪਣਾ ਆਈਡੀਅਲ ਮੰਨੀ ਬੈਠੇ ਹਾਂ, ਹੀਰੋ ਬਣਾਈ ਜਾਂਦੇ ਹਾਂ ਰਾਜ ਦਾ, ਤਾਂ ਫੇਰ ਗਿਆਨੀ ਦਿੱਤ ਸਿੰਘ ਨੂੰ ਉਦਾਸੀਆਂ ਦੇ ਨਿਰਮਲੀਆਂ ਦੇ ਡੇਰੇ ਵਿੱਚ ਵਿਦਿਆ ਲੈਣ ਦੀ ਲੋੜ ਨਹੀਂ ਸੀ। ਸਾਡੇ ਕੋਲ ਆਪਣੇ ਸਿੱਖ ਇੰਸਟੀਟਿਊਸ਼ਨ ਹੋਣੇ ਸਨ, ਉੱਥੇ ਵਿਦਿਆ ਲੈ ਲੈਣਾ, ਕਿਉਂਕਿ ਇਹ ਸਿੱਖ ਰਾਜ ਦਾ ਹੀ ਇਲਾਕਾ ਸੀ, ਕੁਛ ਨਹੀਂ ਕੀਤਾ। ਸਿੱਖ ਰਾਜ ਦਾ ਜੇ ਆਈਡੀਅਲ, ਜੇ ਮੈਂ ਚਾਹੁੰਦਾ ਸਾਰੇ ਵਿਦਵਾਨ ਆਪਣੇ ਹਿਰਦੇ ਤੇ ਉੱਕਰ ਲੈਣ, ਪਾਠਕ ਵੀ ਉੱਕਰ ਲੈਣ, ਸਿੱਖ ਰਾਜ ਦਾ ਜਿਹੜਾ ਆਈਡੀਅਲ ਹੈ ਉਹ ਬਾਬਾ ਬੰਦਾ ਸਿੰਘ ਬਹਾਦਰ। ਸਿੱਖ ਸਟੇਟਾਂ ਸਿੱਖ ਰਾਜ ਦਾ ਮਾਡਲ ਨਹੀਂ ਜੀ, ਨਾ ਮਹਾਰਾਜਾ ਰਣਜੀਤ ਸਿੰਘ, ਨਾ ਕੁਲਕੀਆ ਹਾਕੀ, ਨਾ ਫਰੀਦਕੋਟ, ਨਾ ਫਰੀਦਕੋਟ, ਨਾ ਕਪੂਰਥਲਾ। ਹਾਂ, ਇੱਕ ਸਟੇਟ ਨੇ ਬਹੁਤ ਸਿੱਖਾਂ ਲਈ ਕੰਮ ਕੀਤਾ, ਜਿਹਨੂੰ ਸਿੱਖਾਂ ਨੇ ਤੇ ਸਿੱਖ ਇਤਿਹਾਸਕਾਰਾਂ ਨੇ ਮੁਕੰਮਲ ਤੌਰ ਤੇ ਵਿਸਾਰ ਦਿੱਤਾ, ਜਿਵੇਂ ਗਿਆਨੀ ਦੇਵ ਸਿੰਘ ਨੂੰ ਵਿਸਾਰਿਆ ਨਾ। ਸਾਡੀ ਬੜੀ ਵੱਡੀ, ਅਸੀਂ ਕਹਿੰਦੇ ਤੇ ਹਾਂ ਕਿ ਜਾਤ ਆਧਾਰਿਤ ਗੱਲ ਨਾ ਕਰੋ, ਕਿਉਂਕਿ ਗੁਰੂ ਮਨਾ ਕਰ ਗਿਆ, ਠੀਕ ਆ ਨਾ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਾਤ ਦਾ ਗਰਭ ਤੋੜਨ ਲਈ ਮੰਤ ਸਾਜਿਆ ਸੀ, ਗਰਭਗੜ੍ਹ ਤੋੜਿਆ ਉਹਨਾਂ ਨੇ। ਪਰ ਉਸਦੇ ਬਾਵਜੂਦ ਵੀ ਅਸੀਂ ਖਾਲਸਾ ਸਿਰਜਣ ਤੋਂ ਬਾਅਦ ਵੀ ਛਿੰਗੇ ਨਾਈ ਜੱਟ ਵਿੱਚ ਹੀ ਪੰਜ ਪਿਆਰਿਆਂ ਨੂੰ ਵੰਡ ਦਿੱਤਾ, ਅਸੀਂ ਗੁਰੂਆਂ ਨੂੰ ਵੀ ਜੱਟ ਤੇ ਗੈਰ ਜੱਟ ਵਿੱਚ ਵੰਡ ਦਿੱਤਾ। ਅਸੀਂ ਤਾਂ ਖਾਲਸੇ ਬਣੇ ਹੀ ਨਹੀਂ ਸੀਗੇ, ਅਸੀਂ ਤਾਂ ਆਪਣੇ ਗੁਰੂ ਨੂੰ ਪਦਾਵਾ ਦੇ ਕੇ ਖੜੇ ਹਾਂ, ਸ਼ਰੇਆਮ ਖੜੇ, ਔਰ ਆਖਦੇ ਹਾਂ ਦੇਖੋ ਅਸੀਂ ਅੰਮ੍ਰਿਤ ਵਾਲੇ ਸਿੱਖਾਂ ਦੇ ਜੱਥੇਦਾਰ ਸਿੱਖਾਂ ਦੇ। ਬਿਲਕੁਲ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਜਾਤਵਾਦ ਦੇ, ਧਰਮਵਾਦ ਦੇ, ਨਸਲਵਾਦ ਦੇ, ਵੰਡਵਾਦ ਦੇ, ਸੱਤਾ ਦੇ ਅਹੰਕਾਰ ਦੇ, ਸੱਤਾ ਦੀ ਸ਼੍ਰੋਮਣਤਾ ਦੇ ਸਾਰੇ ਗਰਭ ਨੂੰ ਤੋੜ ਕੇ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ। ਦੇਖੋ ਨੀਚ ਦੀ ਗੱਲ ਕਰਦਾ ਗੁਰੂ, ਨੀਚਾ ਅੰਦਰ ਨੀਚ, ਉਹਨਾਂ ਵਿੱਚੋਂ ਵੀ ਜਿਹੜੇ ਨੀਚ ਨੇ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ, ਉਸ ਵਿੱਚ ਵੀ ਜਿਹੜੇ ਹੋਰ ਵੀ ਨੀਵੇਂ ਨੇ, ਨੀਚੀ ਹੂੰ ਅਤ ਨੀਚ, ਉਹਨਾਂ ਵਿੱਚੋਂ ਵੀ ਸਭ ਤੋਂ ਨੀਚ ਨਾਲ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਨਾਨਕ ਦੇ ਆਵਾਜ਼ ਨਾਲ ਖੜ ਗਿਆ, ਖੰਡੇ ਬਾਬੇ ਦੀ ਪੌਲ ਨਾਲ ਖੜ ਗਿਆ। ਤੇ ਉਸ ਨੇ ਜਿਸ ਵੇਲੇ ਪੰਜਾਬ ਨੂੰ ਫਤਿਹ ਕੀਤਾ ਤੇ ਉਹਨਾਂ ਨੂੰ ਰਾਜਪਾਲ ਦਾ ਮਾਲਕ ਬਣਾਇਆ। ਤੇ ਜਿਹੜੇ ਅੱਜ ਜੱਟ ਅਖਵਾਉਂਦੇ ਨੇ, ਮੇਰੇ ਵਰਗੇ ਤੇ ਹੋਰਾਂ ਵਰਗੇ ਬੱਚੇ ਤੇ ਜ਼ਮੀਂਦਾਰ ਵੀ ਅਖਵਾਉਂਦੇ, ਚਾਹੇ ਨੀਵੀਆਂ ਹੀ ਚੋਣੇ, ਚਾਹੇ ਉੱਚੀਆਂ ਹੀ ਚੋਣੇ, ਚਾਹੇ ਕੁਲੀਨਾ ਹੀ ਚੋਣੇ, ਜਿਸ ਕੋਲ ਧਰਤੀ ਸੀ ਨਾ ਉਹ ਜੱਟ ਬਣ ਗਿਆ। ਅਸਲ ਮੈਂ ਅਸਲ ਗੱਲ ਦੱਸ ਰਿਹਾ ਜੇ ਤੁਹਾਨੂੰ,
ਜੋ ਸੱਚਾਈ ਹੈ, ਤੇ ਉਹਨਾਂ ਨੂੰ ਧਰਤੀ ਦਾ ਮਾਲਕ ਨਾਨਕ ਸ਼ਾਹੀ ਸਿੱਖ ਰਾਜ ਨੇ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ। ਉਸ ਤੋਂ ਪਹਿਲਾਂ ਇਸ ਧਰਤੀ ਤੇ ਸਾਰੇ ਹੀ ਪੁਜਾਰੇ ਸਾਜੇ, ਸਾਰੀਆਂ ਹੀ ਨੀਵੀਆਂ ਜਾਤਾਂ ਦੇ ਸਾਜੇ, ਕੋਈ ਵੀ ਇੱਥੇ ਉੱਚ ਕੁਲੀਨ ਜਾਤ ਦਾ ਖਾਲਸਾ ਪੰਥ ਵਿੱਚ ਇਨਸਾਨ ਨਹੀਂ ਸਨ। ਮੈਂ ਬੜਾ ਸਪਸ਼ਟ ਦੱਸਣਾ ਚਾਹੁੰਦਾ ਹਾਂ, ਔਰ ਮੈਂ ਇਸਨੂੰ ਪ੍ਰਮਾਣਿਤ ਵੀ ਕਰਦਾ। ਮੈਂ ਅਗਲੀ ਗੱਲ ਉੱਤੇ ਫੇਰ ਜਾਵਾਂ, ਕਿਉਂਕਿ ਮੈਂ ਸਿਧਾਂਤ ਤੇ ਸੰਕਲਪ ਦੀ ਗੱਲ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ, ਤੇ ਹੋ ਸਕਦਾ ਮੈਂ ਸਮਾਂ ਤੋਂ ਥੋੜ੍ਹਾ ਬਾਹਰ ਵੀ ਚਲੇ ਜਾਵਾਂ, ਮੈਨੂੰ ਸਹਿਯੋਗ, ਕਿਉਂਕਿ ਬਹੁਤ ਘੱਟ ਸਟੇਜਾਂ ਮਿਲਦੀਆਂ ਨੇ ਜਿੱਥੇ ਇਤਨੀ ਸੰਜੀਦਗੀ ਨਾਲ ਅਸੀਂ ਗੱਲ ਕਰ ਸਕੀਏ, ਨਹੀਂ ਤਾਂ ਪ੍ਰਧਾਨ ਵੀ ਤੇ ਸਕੱਤਰ ਵੀ ਪਿੱਛੋਂ ਨਾ ਖਿੱਚਣੀ ਸ਼ੁਰੂ ਕਰ ਦਿੰਦੇ ਨੇ ਕਈ ਥਾਂ, ਕਦੇ ਮੈਨੂੰ ਨਾਲਾ ਵੀ ਫੜਨਾ ਭਰ ਜਾਂਦਾ ਆ, ਕਦੇ ਪਜਾਮਾ ਹੀ ਲਾਏ ਪਾਉਂਦਾ, ਵਾਪਸ ਤੁਹਾਨੂੰ ਦੇਵ ਸਿੰਘ ਦੀ ਗੱਲ ਕਰ ਰਿਹਾ ਹਾਂ ਤਾਂ ਕਿ ਅਸੀਂ ਸੰਕਲਪ ਸਮਝ ਸਕੀਏ। ਹਿੰਦੁੱਤਵਾਂ ਨੇ ਪੂਰਾ ਜ਼ੋਰ ਲਾ ਦਿੱਤਾ ਕਿ ਭਾਰਤ ਦੀ ਵਿਰਤਾਂਤਿਕ ਸਫਲਤਾ ਸਿਵਿਲਾਈਜੇਸ਼ਨ ਵੇਦਾਂਤਿਕ ਵੇਦਾਂ ਤੋਂ ਸ਼ੁਰੂ ਹੋਈ, ਉਹ ਹਿਮਾਲਾ ਦਬਾਤਾ ਉਹਨਾਂ ਨੇ, ਜਿਸ ਦਾ ਖੰਡਨ ਗਿਆਨੀ ਦਿੱਤ ਸਿੰਘ ਜੀ ਨੇ ਕੀਤਾ ਨਾ, ਬੜੇ ਤਿੰਨੋਂ ਸੰਵਾਦਾਂ ਵਿੱਚ ਖੰਡਾ ਖੜਕਾ ਕੇ ਕੀਤਾ ਔਰ ਭਜਾਇਆ ਵੇਦਾਂਤ ਨੂੰ। ਹੁਣ ਫਿਰ ਬ੍ਰਾਹਮਣ ਲੱਗਾ ਜੇ ਕਿ ਬਈ ਭਾਰਤ ਦੀ ਸਫਲਤਾ ਵੇਦਾਂਤਿਕ ਹੈ। ਤਿੰਨ ਉਦਾਹਰਣਾਂ ਮੈਂ ਤੁਹਾਨੂੰ, ਕਿਉਂਕਿ ਤੁਸੀਂ ਸਾਰੇ ਇੱਥੇ ਸੁਚੇਤ ਵਰਗ ਬੈਠੇ ਹੋ, ਜਿਹੜਾ ਗਿਆਨੀ ਵਰਗ ਹੈ ਉਹ ਸਾਡੇ ਚ ਨਹੀਂ ਜੀ ਆਉਂਦਾ, ਪਤਾ ਨਹੀਂ ਕਿਉਂ ਨਹੀਂ ਆਉਂਦਾ, ਗਿਆਨ ਨਹੀਂ ਲੈਣਾ ਚਾਹੁੰਦਾ ਹੈ ਕਿਹਾ। ਸੁਚੇਤ ਵਰਗ ਨਾਲ ਮੇਰੀ ਸੰਵਾਦ ਹੈ, ਭਾਰਤ ਦੇ ਆਰਕਿਓਲੋਜੀਕਲ ਡਿਪਾਰਟਮੈਂਟ ਨੂੰ ਵੇਦਾਂਤਿਕ ਸਭਿਅਤਾ ਨੂੰ ਜੀਵਤ ਕਰਨ ਵਾਸਤੇ ਜ਼ਿੰਮੇਵਾਰੀ ਸੌਂਪੀ ਗਈ। ਪਰ ਤੁਸੀਂ ਇਹ ਦੇਖੋ, ਸਰਸਵਤੀ ਨੂੰ ਵੀ ਪ੍ਰਗਟ ਕਰ ਰਹੇ ਜੇ ਹਿਮਾਲਿਆ ਦੀ ਚੋਟੀਆਂ ਤੋਂ, ਤਾਂ ਕਿ ਉਹ ਪਾਣੀ ਹੋ ਸਕਣ ਪੰਜਾਬ ਦਾ, ਤੇ ਇੱਕ ਬੜੀ ਵੱਡੀ ਸਰਸਵਤੀ ਨਹਿਰ ਬਣਾਈ ਜਾ ਰਹੀ ਹੈ, ਨਦੀ ਆਰਟੀਫਿਸ਼ਲ ਨਦੀ ਪੈਦਾ ਕਰ ਕੀਤੀ ਜਾ ਰਹੀ ਹੈ, ਤੇ ਅਸੀਂ ਤਾਂ ਇੱਥੇ ਸਤਲੁਜ ਬਿਆਸ ਦੇ ਪਾਣੀ ਵਾਸਤੇ ਲੜੀ ਜਾਂਦੇ ਹਾਂ। ਉਹ ਹਿਮਾਲਿਆ ਤੋਂ ਹੀ ਟਨਲ ਬਣ ਰਹੀਆਂ ਨੇ, ਦੋ ਟਨਲ ਕੰਪਲੀਟ ਹੋ ਚੁੱਕੀਆਂ ਨੇ, ਮੈਂ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ, ਦੋ ਟਨਲ ਮੁੱਖ ਤੌਰ ਤੇ ਕੰਪਲੀਟ ਹੋ ਚੁੱਕੀਆਂ ਨੇ, ਉਹ ਦਰਿਆਵਾਂ ਨੂੰ ਆਪਸ ਵਿੱਚ ਜੋੜ ਕੇ ਪਿੱਛੋਂ ਹੀ ਮੁਹਾਂਦਰਾ ਪੰਜਾਬ ਦੀ ਧਰਤੀ ਨੂੰ ਉਹਨਾਂ ਨੇ ਉਹਨਾਂ ਛੇੜਨਾ ਹੀ ਨਹੀਂ, ਜੇ ਹਿਮਾਚਲ ਦੇ ਵਿੱਚੋਂ ਦੀ ਹਰਿਆਣੇ 'ਚ ਕਰ ਰਹੇ ਨੇ, ਕਹਿ ਰਹੇ ਨੇ ਜੀ ਇਹ ਵੇਦਾਂਤਿਕ ਸਰਸਵਤੀ ਹੈ ਜਿਸ ਨੂੰ ਅਸੀਂ ਪ੍ਰਗਟ ਕਰ ਰਹੇ ਹਾਂ, ਤੇ ਉਹਨਾਂ ਤੋਂ ਸਰਸਵਤੀ ਚ ਬਿਆਸ ਰਾਵੀ ਤੇ ਸਤਲੁਜ ਦਾ ਪਾਣੀ ਜਾ ਰਿਹਾ ਪਿੱਛੋਂ ਹੀ ਭੇਜ ਰਹੇ ਨੇ। ਐਨਜੀਓ ਇਹਨਾਂ ਨੇ ਸ਼ੁਰੂ ਕੀਤਾ ਵੀ ਸਭਿਅਤਾ ਤੇ ਵੀ ਅਟੈਕ ਕਰ ਦੋ, ਸਾਰੇ ਖਿੱਤੇ ਦੀ, ਉੱਤਰ ਭਾਰਤ ਦੇ ਖਿੱਤੇ ਦੀ ਸਭਿਅਤਾ ਵੇਦਾਂਤਿਕ ਬਣਾ ਦਿਓ।
ਪਰ ਉੱਤੇ ਅਕਾਲ ਪੁਰਖ ਵੀ ਬੈਠਾ। ਅਕਾਲ ਪੁਰਖ ਨੇ ਬਹੁਤ ਵੱਡਾ ਇੱਕ ਭਾਣਾ ਵਰਤਾ ਦਿੱਤਾ ਸਾਡੇ ਹਾਲ ਵਿੱਚ। ਮੈਂ ਉਹਨੂੰ ਪਹਿਲਾਂ ਡਿਫਾਈਨ ਕਰਦਾ ਹੁੰਦਾ ਸੀ ਕਿ ਮੂਲ ਨਿਵਾਸੀ ਆਪਣੇ ਆਪ ਨੂੰ ਇਸ ਕਰਕੇ ਨਾ ਕਿਹਾ ਕਰੋ ਕਿ ਅਸੀਂ ਨੀਵੀਆਂ ਜਾਤਾਂ ਵਿੱਚੋਂ ਹਾਂ ਨਾ। ਮੂਲ ਨਿਵਾਸੀ ਨੂੰ ਅੱਜ ਡਿਫਾਈਨ ਕਰਨਾ ਬਹੁਤ ਗਲਤ ਕੰਮ ਹੈ। ਮੂਲ ਨਿਵਾਸੀ ਦਾ ਮਤਲਬ ਹੈ ਕਿ ਅਸੀਂ ਇਸ ਮਿੱਟੀ ਦੇ ਕਣ ਵਿੱਚੋਂ ਪੈਦਾ ਹੋਈ ਹੋਈ ਨਸਲ ਹਾਂ, ਅਸੀਂ ਇਸ ਜਲ ਵਿੱਚੋਂ ਪੈਦਾ ਹੋਈ ਹੋਈ ਨਸਲ ਹਾਂ, ਅਸੀਂ ਇਸ ਆਬੋ ਹਵਾ ਵਿੱਚੋਂ ਪੈਦਾ ਹੋਈ ਹੋਈ ਨਸਲ ਹਾਂ ਜਿਹਦਾ ਜਾਤ ਨਾਲ ਕੋਈ ਤਾਲੁਕ ਨਹੀਂ ਹੈ। ਅਸੀਂ ਉਹ ਬੁਨਿਆਦੀ ਨਸਲ ਹਾਂ, ਮੂਲ ਨਿਵਾਸੀ। ਮੈਂ ਮੂਲ ਨਿਵਾਸੀ ਨੂੰ ਅੱਜ ਡਿਫਾਈਨ ਕਰਨਾ ਤੇ ਅੱਜ ਉਹਦੇ ਤੁਹਾਨੂੰ ਪ੍ਰਮਾਣ ਦੇ ਕੇ ਜਾਵਾਂਗਾ ਤਾਂ ਜੋ ਤੁਸੀਂ ਇਸ ਪਰਿਭਾਸ਼ਾ ਨੂੰ ਵੀ ਸੋਚ ਲਓ। ਭਾਰਤ ਦੇ ਆਰਕਿਓਲੋਜੀਕਲ ਡਿਪਾਰਟਮੈਂਟ ਨੇ ਆਰੰਭ ਕੀਤੀਆਂ ਖੁਦਾਈਆਂ ਉਸ ਵੇਲੇ ਦੇ ਤਿੰਨ ਕੰਕਾਲ ਮਿਲੇ ਦੇ ਸੰਖੇਪ ਵਿੱਚ ਗੱਲ ਕਰਕੇ ਅਗਲੀ ਗੱਲ ਤੇ ਆਵਾਂਗਾ। ਇੱਕ ਕੰਕਾਲ ਮਿਲਿਆ ਜੰਮੂ ਤੋਂ, ਦੂਜਾ ਕੰਕਾਲ ਮਿਲਿਆ ਰੋਪੜ ਸ਼ਹਿਰ ਵਿੱਚੋਂ, ਤੀਜਾ ਕੰਕਾਲ ਮਿਲਿਆ ਹਿਸਾਰ ਦੀ ਧਰਤੀ। ਇਹਨਾਂ ਵਿੱਚੋਂ ਦੋ ਕੰਕਾਲਾਂ ਨਾਲ ਜਿਹੜੇ ਦਫ਼ਨ ਕੀਤੇ ਹੋਏ ਸੀ ਕੁੱਤੇ ਦੇ ਵੀ ਕੰਕਾਲ ਮਿਲੇ ਨਾਲ, ਜੋ ਪ੍ਰਗਟ ਕਰਦਾ ਹੈ ਕਿ ਇਨਸਾਨ ਦੀ ਜਾਨਵਰ ਨਾਲ ਬੜੀ ਪੁਰਾਣੀ ਦੋਸਤੀ ਹੈ। ਉਹ ਜਿਹੜੇ ਕੰਕਾਲ ਮਿਲੇ ਉਹ ਇੰਡਸ ਸਭਿਅਤਾ ਦੇ ਕਾਲ, ਸਿੰਧੂ ਘਾਟੀ ਦੀ ਸਭਿਅਤਾ ਦੇ ਕੰਕਾਲ ਮਿਲੇ। ਉਹਨਾਂ ਦੇ DNA ਕਾਰਬਨ ਡੇਟਿੰਗ ਕਰਵਾਈ ਗਈ, ਤਿੰਨਾਂ ਦੀ ਬਰਾਬਰ ਨਹੀਂ ਹੋਈ। ਹੁਣ ਉਹਨਾਂ ਦੇ DNA ਕਰਵਾਏ ਗਏ ਜੀ, ਜਿਹੜੇ DNA ਕਰਵਾਏ ਗਏ ਨੇ, ਮੈਂ ਉਹ DNA ਦੀ ਰਿਪੋਰਟ ਤੁਹਾਨੂੰ ਦੱਸ ਦਿੰਦਾ, ਬਾਕੀ ਫਿਰ ਗੱਲ ਅਗਲੀ ਕਰ ਲੈਂਦਾ। ਉਹ ਤਿੰਨਾਂ ਕੰਕਾਲਾਂ ਦੇ DNA ਦੀ ਰਿਪੋਰਟ ਹੈ, ਦੱਸਦੀ ਹੈ ਕਿ ਇਸ ਸਮੁੱਚੇ ਸਿੰਧੂ ਘਾਟੀ ਦੀ ਸਭਿਅਤਾ ਜਿਹੜੀ ਕਿ ਉੱਪਰ ਤੋਂ ਲੈ ਕੇ ਖੈਰ ਭੰਗਰੇ ਤੋਂ ਲੈ ਕੇ ਹੇਠਾਂ ਜਿਹੜਾ ਪੁਰਾਣਾ ਦੁਆਰਕਾ ਕਹਿੰਦੇ ਨੇ ਨਾ, ਉੱਥੋਂ ਤੱਕ ਫੈਲੀ ਹੋਈ ਸੀ। ਉਸ ਸਾਰੀ ਸਭਿਅਤਾ ਦੇ ਖਿੱਤੇ ਵਿੱਚੋਂ ਜਿਹੜਾ ਕੁਲੀਨ ਵਰਗ ਹੈ, ਕੁਲੀਨ ਵਰਗ ਉੱਚ ਜਾਤੀ ਦਾ ਵਰਗ ਹੈਗਾ, ਉਹਨਾਂ ਕੰਕਾਲਾਂ ਦਾ DNA ਉਹਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਜਰਾਲਾ ਆ ਗਿਆ। ਸਰਵੇ ਆ ਗਿਆ, ਰਿਪੋਰਟ ਆ ਗਈ, ਹਰ ਕੀ ਪ੍ਰਮਾਣਿਤ ਹੋ ਚੁੱਕੀ ਹੈ। ਉਹਨਾਂ ਵਿੱਚੋਂ ਕਿਸੇ ਨਾਲ ਵੀ ਨਹੀਂ ਜਰਲਿਆ, ਜਿੰਨੀਆਂ ਵੀ ਉੱਚ ਜਾਤੀਆਂ ਨੇ, ਮੈਂ ਉੱਚ ਜਾਤੀਆਂ ਗਿਲਾਵਾਂ ਨਾਲ ਨਹੀਂ, ਤੁਸੀਂ ਸਾਰੇ ਜਾਣਦੇ ਹੋ, ਮਨੂਆਂ ਦੀ ਜਿੰਨੀਆਂ ਵੀ ਜਾਤਾਂ ਨੇ, ਕਿਸੇ ਨਾਲ ਵੀ ਜੇ ਉਹਨਾਂ ਦਾ DNA ਨਹੀਂ ਜਰਲਿਆ ਤਾਂ ਉਹਨਾਂ ਦਾ DNA ਕਿਹਦੇ ਨਾਲ ਰਲਿਆ? ਪੰਜ ਪਿਆਰਿਆਂ ਦੇ ਖਾਲਸਾ ਪੰਥ ਨਾਲ। ਰਿਪੋਰਟ ਦਬਲੀ ਗਈ ਜੀ, ਸਾਹਮਣੇ ਨਹੀਂ ਜੀ ਆ ਰਹੀ। ਆਪਣੇ ਸੋਰਸਿਸ ਨੂੰ ਇਹੋ ਜਿਹੇ ਸਰਵੇਖਣਾਂ ਦੀ ਤੀਖਣਤਾ ਵੱਲ ਲਾਓ, ਬਰਬਾਦ ਨਾ ਕਰੋ। ਇਹੀ ਬਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ, ਇਹੀ ਗਿਆਨੀ ਦੀਪ ਸਿੰਘ ਜੀ ਨੇ ਕਿਹਾ, ਇਹੀ ਗਿਆਨੀ ਗੁਰਮੁਖ ਸਿੰਘ ਜੀ ਨੇ ਕੀਤਾ, ਔਰ ਇਹੀ ਸਿਧਾਂਤ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਦੇ ਕੇ ਗਏ
ਇਸੇ ਸਿਧਾਂਤ ਨੂੰ ਸਥਾਪਿਤ ਕਰਨ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਰਾਜ ਸਿੱਕਾ ਨਾਨਕ ਸ਼ਾਹੀ ਸਿੱਕਾ ਜਾਰੀ ਕੀਤਾ ਤੇ ਇਸੇ ਲਈ ਉਹਨਾਂ ਮੂਲ ਨਿਵਾਸੀਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਾਤਸ਼ਾਹੀ ਦਿੱਤੀ ਪੰਥ ਸਾਜ ਕੇ ਤੇ ਉਸੇ ਪਾਤਸ਼ਾਹੀ ਨੂੰ ਹੀ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਗੱਦੀ ਤੇ ਬਿਠਾਇਆ ਤੇ ਇਸ ਕਰਕੇ ਅਸੀਂ ਇਸ ਧਰਤੀ ਦੇ ਇੰਦਸ ਸਭਿਅਤਾ ਕੋ ਹੀ ਮੂਲ ਨਿਵਾਸੀ ਹਾਂ, ਜਾਤ ਕਰਕੇ ਨਹੀਂ ਹਾਂ, ਅੰਸ ਤੇ ਵੰਸ ਕਰਕੇ ਹਾਂ, ਕਿਉਂਕਿ ਸਾਡੀ ਅੰਸ ਤੇ ਸਾਡੀ ਵੰਸ ਇਸ ਮਿੱਟੀ, ਇਸ ਧਰਤੀ ਕਣ ਪਰਮਾਣੂ ਅਤੇ ਇਸ ਜਲ ਵਿੱਚੋਂ ਬਣੀ ਹੈ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਧਰਤ ਮਾਤਾ ਹੈ ਤੇ ਜਲ ਪਿਤਾ ਹੈ। ਹੁਣ ਇਸਦਾ ਵੀ ਸਿਧਾਂਤ ਸਮਝ ਲਓ। ਅੱਜ ਸਿਰਫ ਮੈਂ ਸਿਧਾਂਤਾਂ ਦੀ ਗੱਲ ਕਰਾਂਗਾ, ਉਹ ਗਿਆਨੀ ਦੇਵ ਸਿੰਘ ਜੀ ਤੇ ਲਿਆ ਕੇ ਖਤਮ ਕਰਾਂਗਾ। ਜਿਤਨੀ ਵੀ ਬਨਸਪਤ ਹੈ, ਧਿਆਨ ਦਿਆ ਜੇ ਆਪਣੀ ਗੰਭੀਰ ਗੱਲ ਆਪ ਜੀ ਨਾਲ ਕਰਨ ਦਾ, ਜਿਤਨੀ ਵੀ ਬਨਸਪਤ ਹੈ ਜਿਹੜੀ ਉਹ ਉਂਗਰਦੀ ਹੈ ਨਾ, ਜਿੱਥੋਂ ਉਹ ਜਨਨ ਇੰਦਰੀ ਤੋਂ ਬਾਹਰ ਆਉਂਦੀ ਹੈ, ਉਹ ਸਾਰੀ ਮਾਤਾ ਦੇ ਗੁਰ ਕਰਕੇ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਕਿ ਸਮੁੱਚਾ ਬ੍ਰਹਿਮੰਡ ਔਰਤ ਹੈ, ਔਰਤ ਸਿਰਫ ਇੱਕ ਪਰਮਾਤਮਾ। ਜਦੋਂ ਉਹ ਦਾ ਜਲ ਉਸ ਤੇ ਪੈਂਦਾ ਫਿਰ ਉਹ ਪ੍ਰਸਫੁਟਿਤ ਹੁੰਦੀ ਹੈ। ਇਸੇ ਸ਼ਕਤੀ ਨੂੰ ਹੀ ਸਿੱਖ ਰਾਜਪਾਲ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਲਤਾੜਿਆ ਗਿਆ। ਔਰਤ ਦੀ ਸ਼ਕਤੀ ਬਰਾਬਰ ਦਾ ਦਰਜਾ ਨਹੀਂ ਦਿੱਤਾ ਗਿਆ, ਜਦਕਿ ਗੁਰੂ ਨਾਨਕ ਕਹਿ ਗਿਆ, ਗੁਰੂ ਗੋਬਿੰਦ ਸਿੰਘ ਜੀ ਕਹਿ ਗਿਆ। ਗਿਆਨੀ ਦੇਵ ਸਿੰਘ ਜੀ ਨੇ ਸਭ ਤੋਂ ਵੱਧ ਕੰਮ ਇਸ ਨਵੇਂ ਕੀਤਾ, ਸਭ ਤੋਂ ਵੱਧ, ਕਿ ਜਦ ਤੱਕ ਇੱਕ ਪਰਿਵਾਰ ਦੀ ਔਰਤ ਸਿਧਾਂਤ ਤੇ ਸੰਕਲਪ ਵਿੱਚ ਪਰਿਪੂਰਨ ਨਹੀਂ ਹੋਏਗੀ, ਉਹ ਸਮਾਜ ਕਦੇ ਵੀ ਖੜਾ ਨਹੀਂ ਜੇ ਹੋ ਸਕਦਾ। ਸਿਧਾਂਤਕ ਸਾਡੀ ਨੇੜਤਾ ਹੈ, ਅਸੀਂ ਤਾਂ ਮੂਲ ਨਿਵਾਸੀ ਹਾਂ, ਅਸੀਂ ਤਾਂ ਖਾਲਸੇ ਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਹੀ ਸਾਨੂੰ ਖਾਲਸਾ ਸਾਜਿਆ, ਤਾਂ ਹੀ ਪਿਛਲਾ ਧਰਮ ਨਾਸ, ਅੰਸ ਨਾਸ, ਵੰਸ ਨਾਸ, ਜਾਤ ਨਾਸ, ਕਰਮ ਨਾਸ ਇਸੇ ਲਈ ਕੀਤਾ ਗਿਆ ਕਿ ਅਸੀਂ ਆਪਣੇ ਅਸਲ ਨਾਲ ਜੁੜੀਏ। ਉਹ ਅਸਲ ਨਾਲ ਜੋੜਨ ਦਾ ਮੂਲ ਪੁਨਰ ਉਸਾਰੀ ਦਾ ਕੰਮ ਜਦੋਂ ਗਿਆਨੀ ਦੇਵ ਸਿੰਘ ਜੀ ਨੇ ਉਦਾਸੀ ਡੇਰਿਆਂ ਵਿੱਚੋਂ ਵਿਦਿਆ ਲੈ ਲਈ ਤੇ ਖਰੜ ਦਾ ਡੇਰਾ ਸੀ ਬਾਬਾ ਗੁਰਬਖਸ਼ ਸਿੰਘ ਜੀ ਦਾ, ਇੱਥੋਂ ਜਿਸ ਵੇਲੇ 17 ਕੁ ਸਾਲਾਂ ਦੀ ਉਮਰ ਵਿੱਚ ਉਹਨਾਂ ਨੇ ਵਿਦਿਆ ਲੈ ਲਈ, ਉਹਨਾਂ ਦੀ ਡਿਊਟੀ ਕਸੂਰ ਹੈੱਡਕੁਆਟਰ ਲਾ ਦਿੱਤੀ ਗਈ, ਜਿਹੜੀ ਕਿ ਉਹਨਾਂ ਦੇ ਡੇਰੇ ਦਾ ਉੱਥੇ ਹੈੱਡਕੁਆਟਰ। ਉੱਥੇ ਜਾ ਕੇ ਉਹਨਾਂ ਦਾ ਉਹਨਾਂ ਦੇ ਇੱਕ ਸਾਥੀ ਜਵਾਹਰ ਸਿੰਘ ਜੀ ਰਾਹੀਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਨਾਲ ਸੰਪਰਕ ਹੋਇਆ। ਉਸੇ ਦਰਮਿਆਨ ਹੀ ਦਇਆ ਸਿੰਘ ਪੰਡਿਤ ਦਯਾਨੰਦ ਨੇ ਜੋ ਸਿੱਖਾਂ 'ਤੇ ਤੈਅ ਕੀਤੀ, ਉਸ ਤੋਂ ਆਰਿਆ ਸਮਾਜ ਬੜਾ ਪ੍ਰਭਾਵਿਤ ਹੋਇਆ
ਇੱਕ ਲਾਲਾ ਜੀ ਨੇ ਲਾਹੌਰ ਵਿੱਚ ਸਭਾ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ ਬਹੁਤ ਅੱਗ ਉਗਲੀ ਜਿਹੜੀ ਉਹਨਾਂ ਦੇ ਜਿਰਦੇ ਵਿੱਚ ਹੁੰਦੀ, ਤੇ ਉਹਨਾਂ ਨੇ ਉਦੋਂ ਤੋਂ ਸਮੁੱਚੇ ਰੂਪ ਵਿੱਚ ਦੇਖੋ, ਜਿਸ ਵੇਲੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਮਿਲਦੇ ਨੇ ਉਦੋਂ ਵੀ ਉਹ ਆ ਰਿਹਾ ਸਮਾਜੀ, ਠੀਕ ਆ ਜੀ। ਪਹਿਲੇ ਮੈਂ ਜਿਹੜੀਆਂ ਉਹਨਾਂ ਦੀਆਂ ਪਹਿਲੀਆਂ ਦੇਣਾਂ ਨੇ, ਜਿਵੇਂ ਮੈਂ ਕੰਨਿਆ ਵਿਦਿਆਲੇ ਦੀ ਗੱਲ ਕੀਤੀ, ਉਹ ਗੁਰਮੁਖੀ ਦੇ ਪਿਤਾ ਮਾਂ ਨੇ ਪੱਤਰਕਾਰੀ ਦੇ ਪਹਿਲੇ ਪੱਤਰਕਾਰ, ਉਹ ਗੁਰਮੁਖੀ ਅਖਬਾਰਾਂ ਦੇ ਪਹਿਲੇ ਸੰਪਾਦਕ ਜੇ, ਪਹਿਲੀਆਂ ਜਿਹੜੀਆਂ ਗੱਲਾਂ ਉਹਨਾਂ ਦੇ ਨਾਲ ਜੁੜੀਆਂ ਨੇ, ਉਹ ਗੁਰਮੁਖੀ ਵਿਦਿਆ ਦੇਣ ਵਾਲੇ ਪਹਿਲੇ ਪ੍ਰੋਫੈਸਰ ਨੇ, ਗੁਰਮੁਖੀ ਦੇ ਗੁਰਮਤ ਦੇ ਪਹਿਲੇ ਪ੍ਰੋਫੈਸਰ ਬਣੇ, ਸਾਡੇ ਪਹਿਲੇ ਪ੍ਰੋਫੈਸਰ। ਉਹ ਗਿਆਨੀ ਦੀ ਡਿਗਰੀ ਲੈਣ ਵਾਲੇ ਪਹਿਲੇ ਗਿਆਨੀ ਚ, ਇਹ ਗੱਲਾਂ ਸਾਨੂੰ ਹਮੇਸ਼ਾ ਚੇਤਾ ਰੱਖਣੀਆਂ ਚਾਹੀਦੀਆਂ ਨੇ ਗਿਆਨੀ ਜਿੱਤ ਸਿੰਘ ਜੀ ਨੇ, ਤੇ ਅਸੀਂ ਜਿਹਨਾਂ ਨੂੰ ਕਹਿੰਦੇ ਹਾਂ ਨਾ ਜਥੇਦਾਰ ਗੁਰਚਰਨ ਸਿੰਘ, ਉਹਨਾਂ ਨੂੰ ਪੰਥ ਰਤਨ ਦੇ ਦਿੱਤਾ, ਇਹ ਹੁਣ ਉਹਨਾਂ ਪੰਥ ਰਤਨ ਦੇਣ ਵਾਲਿਆਂ ਨੂੰ ਤੋਲ ਲੈਣਾ ਚਾਹੀਦਾ ਨਿਆਂ ਦੇ ਤਰਾਜੂ ਵਿੱਚ, ਕਿ ਉਹਦੀਆਂ ਕੀ ਦੇਣਾ ਸੀ, ਤੇ ਜਿਹਨੂੰ ਅਸੀਂ ਪੰਥ ਰਤਨ ਨਹੀਂ ਦਿੱਤਾ, ਤੇ ਕੌਮ ਆਪਣੀ ਸਵੈ ਵਿਵੇਕ ਤੋਂ ਪੰਥ ਰਤਨ ਮੰਗਦੀ ਹੈ, ਉਹਨਾਂ ਨੂੰ ਸ਼ਰਮਸ਼ਾਰ ਹੋਣਾ ਚਾਹੀਦਾ, ਤੇ ਹੁਣ ਵੀ ਉਹਨਾਂ ਨੂੰ ਮਰਨ ਉਪਰੰਤ ਪੰਥ ਰਤਨ ਉਪਾਧੀ ਦੇ ਦੇਣੀ ਚਾਹੀਦੀ, ਫਰਜ਼ ਮੰਨਦਾ। ਉਦੋਂ ਤੱਕ ਗਿਆਨੀ ਜਿੱਤ ਸਿੰਘ ਜੀ ਹਲੇ ਆ ਰਿਹਾ ਸਮਾਜੀ ਦੇ, ਅਖਬਾਰ ਵੀ ਕੱਢਦੇ ਨੇ ਖਾਲਸਾ ਅਖਬਾਰ, ਗਿਆਨੀ ਵੀ ਕਰ ਲਈ ਹੈ, ਅਸੀਂ ਉਹ ਸੱਟ ਵੱਜੀ ਮੁਕੰਮਲ ਤੌਰ ਤੇ ਆ ਰਿਹਾ ਸਮਾਜ ਨੂੰ ਠੋਕਰ ਮਾਰ ਕੇ ਬਾਹਰ ਆਏ, ਕਿਉਂ? ਕਿਉਂਕਿ ਗੁਰੂ ਨੂੰ ਸੱਟ ਮਾਰੀ ਗਈ, ਗੁਰੂ ਦੇ ਸਿਧਾਂਤ ਨੂੰ ਸੱਟ ਮਾਰੀ ਗਈ, ਗੁਰੂ ਦੇ ਸੰਕਲਪ ਨੂੰ ਸੱਟ ਮਾਰੀ ਗਈ, ਸ਼ਬਦ ਗੁਰੂ ਨੂੰ ਸੱਟ ਮਾਰੀ ਗਈ, ਤੇ ਉੱਥੋਂ ਗਿਆਨੀ ਜਿੱਤ ਸਿੰਘ ਜੀ ਮੁਕੰਮਲ ਤੌਰ ਤੇ ਖਾਲਸਾ ਤੇ ਆਪਣਾ ਸਾਰਾ ਪਿਛੋਕਰ ਛੱਡ ਕੇ ਸਿੱਖੀ ਲਈ ਉਤਰ, ਪਰ ਜੋ ਸਿੱਖੀ ਲਈ ਫਿਰ ਉਹਨਾਂ ਨੇ ਕੀਤਾ, ਉਸਦੇ ਕਾਰਨਾਮੇ ਆਪ ਜੀ ਦੇ ਸਾਹਮਣੇ ਬਿਆਨ ਕੀਤੇ ਜਾ ਚੁੱਕੇ ਨੇ, ਮੈਂ ਉਹਨਾਂ ਗੱਲਾਂ ਵੱਲ ਫਿਰ ਨਹੀਂ ਆਉਣਾ। ਅੰਤਮ ਗੱਲ ਸੰਕਲਪ ਦੀ ਕਰਕੇ ਮੈਂ ਆਪ ਜੀ ਤੋਂ ਖਿਮਾ ਦਾ ਜਾ ਚੁੱਕਾ ਹਾਂ। ਗਿਆਨੀ ਜਿੱਤ ਸਿੰਘ ਜੀ ਨੇ ਗੁਰਮਤ ਦੇ ਸੰਕਲਪ ਨੂੰ, ਬੜੀ ਬਰੀਕ ਗੱਲ ਜੀ, ਬਹੁਤ ਹੀ ਬਰੀਕ, ਪਰ ਇਹਨੂੰ ਓਨੀ ਬਰੀਕੀ ਨਾਲ ਗ੍ਰਹਿਣ ਵੀ ਕਰਿਆ ਤੇ ਮੇਰੇ ਹੱਥ ਜੋੜ ਕੇ ਬੇਨਤੀ ਹੈ, ਗੁਰਮਤ ਦੇ ਸੰਕਲਪ ਨੂੰ ਉਦਾਸੀਆਂ ਦੀ ਪਰੰਪਰਾ ਵਿੱਚੋਂ ਕੱਢ ਕੇ, ਬ੍ਰਹਮਣੀ ਕਲ ਵਿਆਖਿਆਵਾਂ ਦੀਆਂ ਪਰੰਪਰਾਵਾਂ ਵਿੱਚੋਂ ਕੱਢ ਕੇ, ਗੁਰਬਾਣੀ ਨੂੰ ਗੁਰਬਾਣੀ ਦੀ ਟਕਸਾਲ ਦੀ ਪਰੰਪਰਾ ਵਿੱਚ ਸਮਝਾਉਣ ਦਾ ਆਰੰਭ ਕੀਤਾ, ਤੇ ਪਹਿਲੇ ਗੁਰਬਾਣੀ ਨੂੰ ਗੁਰਬਾਣੀ ਦੀ ਪਰੰਪਰਾ ਵਿੱਚ ਵਿਆਖਿਆ ਕਰਨ ਵਾਲੇ ਟਕਸਾਲੀ ਪ੍ਰਚਾਰਕ ਵੀ ਗਿਆਨੀ ਜਿੱਤ ਸਿੰਘ ਜੀ, ਸਾਰੇ ਕੰਮ ਉਹਨਾਂ ਨੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਸਹਿਯੋਗ ਨਾਲ ਕੀਤੇ, ਔਰ ਬਹੁਤ ਹੀ ਵੱਡੇ ਕੰਮ ਕੀਤੇ, ਅਜਿਹੇ ਕੰਮ
ਜਿਨ੍ਹਾਂ ਦੀ ਅੱਜ ਫੇਰ ਸਿੱਖ ਕੌਮ ਨੂੰ ਸ਼ਰੋਮਣੀ ਲੋੜ ਹੈ। ਜੋ ਹੈ ਔਰ ਇਤਨਾ ਹੀ ਨਹੀਂ, ਕਿਉਂਕਿ ਸਿੱਖ ਰਿਆਸਤ ਦੇ ਖਾਲਸਾ ਸਰਕਾਰ ਦੇ ਫੌਜੀ, ਜਿਹੜਾ ਇੱਕ ਹੋਰ ਅਟੈਕ ਉਸ ਵੇਲੇ ਹੋਇਆ ਨਾ, ਹੋਇਆ ਸੀ ਕਿ ਖਾਲਸਾ ਸਰਕਾਰ ਦੇ ਫੌਜੀ ਅੰਗਰੇਜ਼ ਸਰਕਾਰ ਦੇ ਫੌਜੀ ਭਰਤੀ ਹੋ ਗਏ ਸਾਰੇ, ਅੰਗਰੇਜ਼ਾਂ ਲਈ ਲੜਨਾ ਆਰੰਭ ਕਰ ਗਏ, ਜਿਹੜੇ ਕਿ ਪੰਥ ਖਾਲਸਾ ਲਈ ਲੜਦੇ ਸਨ। ਗਿਆਨੀ ਤਿਰਤ ਸਿੰਘ ਜੀ ਨੇ ਉਹਨਾਂ ਫੌਜੀਆਂ ਵਿੱਚ ਲਗਾਤਾਰ ਕਈ ਸਾਲ ਪ੍ਰਚਾਰ ਕੀਤਾ, ਰੈਜੀਮੈਂਟਾਂ ਵਿੱਚ ਜਾ ਕੇ ਲਗਾਤਾਰ ਕਈ ਸਾਲ ਪ੍ਰਚਾਰ ਕੀਤਾ, ਤੇ ਉਹ ਉਸਦੇ ਰਿਜ਼ਲਟ ਉਹਨਾਂ ਦੀ ਮੌਤ ਤੋਂ ਬਾਅਦ ਜਿਸ ਵੇਲੇ ਅਕਾਲੀ ਦਲ ਹੋਣ ਵਿੱਚ ਆਇਆ 1919-20 ਨੂੰ, ਉਹ ਫੌਜੀਆਂ ਨੇ ਅਕਾਲੀ ਦਲ ਵਿੱਚ ਆਪਣਾ ਰੋਲ ਅਦਾ ਕੀਤਾ, ਪਰ ਬੜਾ ਸਰਗਰਮ ਰੋਲ ਅਦਾ ਕੀਤਾ। ਅਕਾਲੀ ਦਲ ਦੀ ਜਿਹੜੀ ਸਮੁੱਚੀ ਸ਼ਕਤੀ ਮਿਲੀ ਉਹ ਗਿਆਨੀ ਤਿਰਤ ਸਿੰਘ ਜੀ ਦੇ ਵਿਚਾਰਾਂ ਵਿੱਚੋਂ, ਵੇਗ ਵਿੱਚੋਂ ਆਈ। ਸਿੰਘ ਸਭਾ ਲਹਿਰ ਵੀ ਆਈ, ਗੁਰਦੁਆਰਾ ਸੁਖਾਲ ਲਹਿਰ ਵੀ ਆਈ, ਸ੍ਰੀ ਦਰਬਾਰ ਸਾਹਿਬ ਦੀ ਮੁਕਤੀ ਵੀ ਆਈ, ਪਰ ਇਸੇ ਦੇ ਨਾਲ ਨਾਲ ਇੱਕ ਚੀਜ਼ ਹੋਰ ਹੋਈ ਸੰਕਲਪ ਦੇ ਤੌਰ 'ਤੇ, ਉਹ ਸਾਂਝੀ ਕਰਨੀ ਅੱਜ ਦੇ ਜਵਾਨ ਵਿੱਚ ਬੜੀ ਜ਼ਰੂਰੀ ਹੈ। ਅਗਲੀਆਂ ਗੱਲਾਂ ਫਿਰ ਕਦੇ ਆਪ ਜੀ ਅੱਗੇ ਜਵਾਨਾਂ ਨੇ ਮੌਕਾ ਦਿੱਤਾ ਅਤੇ ਸਿਧਾਂਤ ਅਤੇ ਸੰਕਲਪ ਦੀਆਂ ਉਹਨਾਂ ਦੀਆਂ ਫਿਰ ਕਰਾਂਗਾ। ਜਿਹੜਾ ਅਸੀਂ ਕਹਿੰਦੇ ਹਾਂ ਨਾ ਕਿ ਅੱਜ ਪੰਜ ਸਿੰਘ ਸਾਹਿਬਾਨ ਦਾ ਕੰਸੈਪਟ ਕਿੱਥੋਂ ਆਇਆ, ਅਸੀਂ ਬੜੀ ਵਾਰੀ ਸਵਾਲ ਕਰਦੇ ਹਾਂ ਕਿ ਪੰਜ ਸਿੰਘ ਸਾਹਿਬਾਨ ਵਾਲਾ ਕੰਸੈਪਟ ਕਿੱਥੋਂ ਆਇਆ ਕੌਮ ਵਿੱਚ। ਇਹ ਉਦੋਂ ਆਇਆ ਜਦੋਂ ਮਹਾਰਾਜਾ ਫਰੀਦਕੋਟ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਲ ਭਾਸ਼ਾ ਵਿੱਚ ਟੀਕਾ ਕਰਵਾਉਣ ਦਾ ਖਿਆਲ ਤੋੜਿਆ ਉਹਨਾਂ ਦੇ। ਉਹਨਾਂ ਨੇ ਇੱਕ ਮੀਟਿੰਗ ਸੱਦੀ ਫਰੀਦਕੋਟ ਵਿੱਚ, ਉਸ ਮੀਟਿੰਗ ਵਿੱਚ ਸਾਰੇ ਨਿਰਮਲੇ, ਸਾਰੇ ਆਰਿਆ ਸਮਾਜੀ, ਸਾਰੇ ਦਯਾਨੰਦੀ ਸ਼ਾਮਲ ਹੋਏ। 99% ਉਹ ਸੀ, ਇੱਕ ਗਿਆਨੀ, ਇੱਕ ਸਿਰਫ ਪ੍ਰੋਫੈਸਰ ਗੁਰਮੁਖ ਸਿੰਘ ਜੀ ਗੁਰਮਤ ਦੇ ਗਿਆਤਾ ਅਤੇ ਟਕਸਾਲੀ ਸਨ। ਉਹਨਾਂ ਨੇ ਮਹਾਰਾਜਾ ਫਰੀਦਕੋਟ ਨੂੰ ਕਿਹਾ ਕਿ ਨਹੀਂ, ਇਹਨਾਂ ਰਾਹੀਂ ਜੇ ਟੀਕਾ ਤਿਆਰ ਕਰਾਓਗੇ ਉਸ ਤੋਂ ਵਧੀਆ ਟੀਕਾ ਹੀ ਨਾ ਤਿਆਰ ਹੋਏ, ਕਿਉਂਕਿ ਇਸ ਨਾਲ ਗੁਰਮਤ ਦਾ ਹਮੇਸ਼ਾ ਲਈ ਨਾਸ਼ ਹੋ ਜਾਏਗਾ, ਬੀਜ ਨਾਸ਼ ਕਰ ਦਾਂਗੇ, ਇੰਨਾ ਸਟੈਂਡ ਲਿਆ। ਹੁਣ ਗਿਆਨ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਕਿਉਂ ਪੰਥ ਵਿੱਚੋਂ ਛੇਕਿਆ ਗਿਆ, ਉਹਦੀ ਇਹ ਵਜ੍ਹਾ ਤੇ ਅਸੀਂ ਵਜ੍ਹਾ ਬਿਨਾਂ ਨਹੀਂ ਭੁੱਲ ਜਾਂਦੇ ਹਾਂ, ਅਸੀਂ ਇਹੀ ਕਰੀ ਜਾਂਦੇ ਹਾਂ, ਤੇ ਜਦ ਤੱਕ ਅੱਜ ਦੀ ਪੀੜ੍ਹੀ ਨੂੰ ਅਸੀਂ ਅਸਲ ਵਜ੍ਹਾ ਨਹੀਂ ਦੱਸਾਂਗੇ ਨਾ, ਉਦੋਂ ਤੱਕ ਆਪਸ ਵਿੱਚ ਇਤਿਹਾਸ ਤੇ ਲਿੰਕ ਨਹੀਂ ਜੇ ਜੋੜਦੇ, ਉਹ ਖਿਲਾਫ ਫਿਰ ਪੈਦਾ ਹੋ ਜਾਂਦਾ ਕਿ ਬਈ ਕਿਉਂ। ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਉਸ ਵੇਲੇ ਸਿੱਖ ਕੌਮ ਵਿੱਚੋਂ ਛੇਕਿਆ ਇਸ ਲਈ ਗਿਆ ਕਿ ਉਹਨਾਂ ਨੇ ਮਹਾਰਾਜਾ ਫਰੀਦਕੋਟ ਨੂੰ ਇਸ ਗੱਲ ਤੋਂ ਰੋਕ ਦਿੱਤਾ ਕਿ ਦਯਾਨੰਦੀਆਂ, ਆਰਿਆ ਸਮਾਜੀਆਂ, ਉਦਾਸੀ ਸੰਪਰਦਾਵਾਂ ਤੇ ਨਿਰਮਲਿਆ ਦੀ ਵਿਦਿਆ ਤੇ ਵਿਦਾਂਤਿਕ ਵਿਦਿਆ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਨਹੀਂ ਤਿਆਰ ਹੋਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਟੀਕਾ ਤਿਆਰ ਕਰਾਉਣਾ ਹੈ ਤੇ ਗੁਰਮਤ ਦੇ ਟਕਸਾਲੀ ਬੰਦਿਆਂ ਵੱਲੋਂ ਹੋਣਾ ਚਾਹੀਦਾ, ਇਹਨਾਂ ਵੱਲੋਂ ਨਹੀਂ ਹੋਣਾ ਚਾਹੀਦਾ।
ਉਹਨਾਂ ਦੀ ਇੱਕ ਵੀਪੋ ਤਾਕਤ ਨੇ ਉਸ ਵੇਲੇ ਰੋਕ ਦਿੱਤਾ ਤੇ ਉਸ ਵੇਲੇ ਬੇਦੀ ਖੇਮ ਸਿੰਘ ਜੀ ਨੂੰ ਬਹੁਤ ਤਕਲੀਫ ਹੋਈ ਕਿਉਂਕਿ ਉਹ ਗੁਰੂ ਅੰਸ਼ ਤੇ ਵੰਸ਼ ਦੀ ਉੱਥੇ ਪ੍ਰਧਾਨਤਾ ਉਸ ਬਿਥਿੰਗ ਦੀ ਉਹ ਕਰ ਰਹੇ ਸਨ। ਉਹਨਾਂ ਨੂੰ ਬੜੀ ਤਕਲੀਫ ਹੋਈ ਵੀ ਆ ਸਾਡੇ ਹੱਥੋਂ ਗੱਲ ਖੁਸ਼ ਜਾਣੀ। ਉਹਨਾਂ ਨੇ ਅੰਮ੍ਰਿਤਸਰ ਵਾਪਸ ਆ ਕੇ ਅਕਾਲ ਗੁੰਗਾ ਕਿਹਾ ਜਾਂਦਾ ਸੀ, ਉਹ ਅਕਾਲ ਤਖ਼ਤ ਨਹੀਂ ਸੀ, ਅਕਾਲ ਗੁੰਗੇ ਦੇ ਪੁਜਾਰੀ ਪੁਜਾਰੀ ਸਨ ਉਹ। ਅਕਾਲ ਗੁੰਗੇ ਦੇ ਪੁਜਾਰੀ, ਦਰਬਾਰ ਸਾਹਿਬ ਦੇ ਪੁਜਾਰੀ ਦੋ ਨੰਬਰ ਦੇ, ਬਾਬਾ ਅਕਾਲ ਰਾਏ ਗੁਰਦੁਆਰਾ ਸਾਹਿਬ ਦੇ ਪੁਜਾਰੀ ਤਿੰਨ ਨੰਬਰ ਦੇ, ਆਪਣਾ ਸ਼ਹੀਦਗੰਜ ਦੇ ਪੁਜਾਰੀ ਪੁਜਾਰੀ ਚਾਰ ਨੰਬਰ ਦੇ ਤੇ ਬੁੰਗਿਆਂ ਦੇ ਪੁਜਾਰੀ ਪੰਜ ਨੰਬਰ ਦੇ। ਪੰਜ ਪੁਜਾਰੀ ਇਕੱਠੇ ਕਰਕੇ ਬਾਬਾ ਖੇਮ ਸਿੰਘ ਬੇਦੀ ਨੇ ਮੀਟਿੰਗ ਸੱਦੀ ਤੇ ਇਹਨਾਂ ਪੰਜਾਂ ਪੁਜਾਰੀਆਂ ਨੂੰ ਐਜ ਏ ਪੰਜ ਪਿਆਰੇ ਪੇਸ਼ ਕਰਕੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਨੂੰ ਸਿੱਖ ਕੌਮ ਵਿੱਚੋਂ ਸਿੱਖ ਧਰਮ ਵਿੱਚੋਂ ਛੇਕ ਦਿੱਤਾ ਗਿਆ। ਇੱਥੋਂ ਪੁਜਾਰੀਵਾਦ ਆਰੰਭ ਹੋਇਆ ਗਿਆ, ਜਿਸ ਪੁਜਾਰੀਵਾਦ ਨੂੰ ਅੱਜ ਸਾਡੀ ਸ਼੍ਰੋਮਣੀ ਕਮੇਟੀ ਵੀ ਮਾਨਤਾ ਦੇਈ ਬੈਠੀ। ਪੁੱਛਦੇ ਹਨ ਨਾ ਬਈ ਆ ਪੰਜ ਸਿੰਘ ਸਾਹਿਬਾਨ ਦਾ ਕਨਸੈਪਟ ਕਿੱਥੋਂ ਆਇਆ? ਅੱਜ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰਕੇ ਜਾ ਰਿਹਾ ਜੇ ਇਸ ਕਨਸੈਪਟ ਉੱਥੋਂ ਬਾਬਾ ਖੇਮ ਸਿੰਘ ਬੇਦੀ ਨੇ ਦਿੱਤਾ। ਇਹ ਸਾਡੇ ਇਤਿਹਾਸਕਾਰਾਂ ਨੂੰ ਲਿਖਣੀਆਂ ਚਾਹੀਦੀਆਂ ਨੇ ਗੱਲਾਂ, ਜਿਸ ਤੋਂ ਅਸੀਂ ਤੇ ਸਾਡੀ ਅੱਜ ਦੀ ਪੀੜ੍ਹੀ ਜਾਣੂ ਨਹੀਂ ਹੈ। ਉਹਨਾਂ ਨੇ ਛੇਕ ਦਿੱਤਾ, ਗਿਆਨੀ ਦੇਵ ਸਿੰਘ ਜੀ ਨੇ ਖਾਲਸਾ ਅਖਬਾਰ ਵਿੱਚ ਜ਼ਬਰਦਸਤ ਸਟੈਂਡ ਲਿਆ ਇਸ ਪੁਜਾਰੀਵਾਦ ਦੇ, ਇਸ ਅਖੰਡਵਾਦ ਦੇ, ਇਸ ਗੁਰਵੰਸ਼ਵਾਦ ਦੇ ਖਿਲਾਫ਼ ਉਹਨਾਂ ਦੀਆਂ ਜ਼ਬਰਦਸਤ ਲਿਖਤਾਂ ਆਈਆਂ, ਬਹੁਤ ਜ਼ਬਰਦਸਤ। ਫਿਰ ਲੋਕਾਂ ਨੂੰ ਪਿੰਡ ਪੱਧਰ ਤੇ ਤਿਆਰ ਕਰਨ ਲਈ ਉਹਨਾਂ ਨੇ ਇੱਕ ਨਾਟਕ ਲਿਖਿਆ, ਇਹਦਾ ਵੀ ਜ਼ਿਕਰ ਬਹੁਤ ਘੱਟ ਆਉਂਦਾ ਹੈ। ਉਹ ਨਾਟਕ ਵਿੱਚ ਇਹ ਪੰਜ ਪੁਜਾਰੀਆਂ ਦੇ ਕਿਰਦਾਰ, ਬਾਬਾ ਖੇਮ ਸਿੰਘ ਬੇਦੀ ਦੇ ਕਿਰਦਾਰ ਤੇ ਗੁਰੂ ਅੰਸ਼ ਤੇ ਗੁਰਬੰਸ ਦੇ ਬਾਕੀ ਕਿਰਦਾਰ ਤੇ ਨਿਰਮਲੀਆਂ ਦੇ ਤੇ ਦਯਾਨੰਦ ਦੇ ਤੇ ਪੰਡਿਤ ਦਯਾਨੰਦ ਦੇ ਤੇ ਆਰਿਆ ਸਮਾਜੀਆਂ ਦੇ ਕਿਰਦਾਰ ਪੈਦਾ ਕਰਕੇ ਉਹ ਨਾਟਕ ਪਿੰਡਾਂ ਪੰਡ ਪੱਧਰ ਤੇ ਉਹਨਾਂ ਨੇ ਖੇਡਿਆ, ਲਿਖਿਆ ਵੀ ਆ, ਖਟਾਇਆ ਵੀ ਆ, ਜਿਸ ਤੋਂ ਪੁਜਾਰੀਵਾਦ ਬਹੁਤ ਜ਼ਿਆਦਾ ਦੁਖੀ ਹੋਇਆ, ਜ਼ਿਆਦਾ ਦੁਖੀ ਹੋਇਆ ਗੁਰਵੰਸ਼ਵਾਦ ਖੇਮ ਸਿੰਘ ਬੇਦੀ। ਉਹਨੇ ਆਪਣੇ ਹੀ ਇੱਕ ਬੇਦੀ ਵੰਸ਼ ਦੇ, ਮੈਂ ਉਸਦਾ ਨਾਮ ਦਿਆ ਸਿੰਘ ਸਿੰਗਰਾਕਾਰ, ਉਹਨੂੰ ਅੱਗੇ ਲਾ ਕੇ ਇਹਨਾਂ ਦੇ ਖਿਲਾਫ਼ ਮੁਕੱਦਮਾ ਕਰ ਦਿੱਤਾ, ਜਿਹੜੀ ਮੁਕੱਦਮੇ ਦੀ ਗੱਲ ਹੋਈ ਤੇ ਹੋਇਆ। ਪਰ ਖਾਲਸਾ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਅਸਲ ਚੀਜ਼ਾਂ ਨੇ ਉਹਨਾਂ ਨੂੰ ਅਸਲ ਹੀ ਲੈਣ ਦੇਣਾ ਚਾਹੀਦਾ। ਜੇ ਅਸੀਂ ਅੰਤ ਇਤਿਹਾਸ ਵਿਗਾੜਾਂਗੇ ਤੇ ਫਿਰ ਸਾਡੀਆਂ ਨਸਲਾਂ ਕਹਿਣਗੀਆਂ ਵੀ ਇਹ ਤਾਂ ਰਲ ਗੜ ਬੜਾ ਕੁਛ ਹੋ ਗਿਆ। ਉਹ ਬੜਾ ਸਸਤਾ ਜ਼ਮਾਨਾ ਸੀ ਜਿਹੜਾ ਹੇਠਲੀ ਅਦਾਲਤ ਨੇ ਉਹਨਾਂ ਤੇ ਜੁਰਮਾਨਾ ਕੀਤਾ, ਉਹ ਸਿਰਫ 51 ਰੁਪਏ ਦਾ ਸੀ, 51,000 ਦਾ ਨਹੀਂ ਸੀ, 51 ਰੁਪਏ ਦਾ ਸੀ। ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ, ਖਾਲਸਾ ਪੰਥ ਦੀ ਗੱਲ ਕਰਨ ਵਾਲਿਆਂ ਦੀ ਪੋਜੀਸ਼ਨ ਦੇਖੋ ਕਿ ਉਹਨਾਂ ਕੋਲ 51 ਰੁਪਈਏ ਜੁਰਮਾਨਾ ਭਰਨ ਜੋਗਾ ਨਹੀਂ ਸੀ। ਮੈਂ ਸਮਾਜਕ ਪੰਥ ਤੇ ਤੁਹਾਨੂੰ ਲੈ ਕੇ ਆ ਰਿਹਾ।
51 ਰੁਪਈਏ ਜੁਰਮਾਨਾ ਭਰਨ ਜੋਗਾ ਨਹੀਂ ਸੀ। ਉਹ 51 ਰੁਪਈਏ ਜੁਰਮਾਨਾ ਵੀ ਮਾਫ ਕਰਨ ਲਈ ਇੱਕ ਹੋਰ ਅਦਾਲਤ ਵਿੱਚ ਐਪਲੀਕੇਸ਼ਨ ਦਿੱਤੀ ਗਈ। ਉਸਦਾ ਵੀ ਮੁਕਦਮਾ ਅੱਡ ਤੋਂ ਚੱਲਿਆ ਗਿਆ। ਇਹ ਸੱਚਾਈਆਂ ਨੂੰ ਸੱਚਾਈਆਂ ਹੀ ਰਹਿਣਗੇ ਤਾਂ ਪਤਾ ਚੱਲੇਗਾ ਕਿ ਸਿੱਖੀ ਕਿਵੇਂ ਪ੍ਰਫੁੱਲਤ ਹੋਈ। ਖਾਲਸਾ ਪੰਥ ਜੇ ਲਤਾੜਿਆਂ ਚੋਂ ਪੈਦਾ ਹੋਇਆ ਤੇ ਕਿਹੜੀਆਂ ਹਾਲਾਤਾਂ ਚੋਂ ਪੈਦਾ ਹੋਇਆ, ਉਸਨੇ ਸਮਾਜ ਦਾ ਕਿਹੜਾ ਬਿਖੜਾਪਣ ਆਪਣੇ ਪਿੰਡੇ ਤੇ ਹਟਾ ਕੇ ਅੱਜ ਸਾਨੂੰ ਸਰਦਾਰੀਆਂ ਤੇ ਲਿਆ ਕੇ ਬਿਠਾਇਆ। ਤਾਂ ਹੀ ਇਹਨਾਂ ਦਾ ਮੁੱਲ ਸਰਦਾਰੀ ਦਾ ਮੁੱਲ ਤਾਂ ਹੀ ਸਾਨੂੰ ਪਏਗਾ ਜੀ, ਨਹੀਂ ਤਾਂ ਪੈਣਾ ਨਹੀਂ ਕਿ ਜੋ ਸਾਡੇ ਪੁਰਖਿਆਂ ਨੇ ਆਪਣੇ ਤਨ ਮਨ ਤੇ ਲਾਇਆ। ਉਹ ਮੁਕਦਮਾ ਫਿਰ ਉਹਨਾਂ ਨੇ ਜਿੱਤਿਆ, 51 ਰੁਪਈਏ ਜੁਰਮਾਨਾ ਮਾਫ਼ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਖਾਲਸਾ ਅਖਬਾਰ ਉਹਨਾਂ ਨੇ ਸ਼ੁਰੂ ਕੀਤਾ ਤੇ ਆਪਣੀ ਮੌਤ ਤੱਕ ਅਖਬਾਰ ਕੱਢਦੇ ਹੋਏ 71 ਕਿਤਾਬਾਂ ਲਗਭਗ ਉਹਨਾਂ ਨੇ ਲਿਖੀਆਂ ਨੇ। ਕੋਈ ਕਹਿੰਦਾ ਸੀ ਕਰਨਾ ਪੱਤੀ, ਫਿਰ 50 ਹੋਈਆਂ, ਫਿਰ 60 ਹੋਈਆਂ, ਜਿਹੜੀਆਂ ਸਾਰੀਆਂ ਲਿਖਤਾਂ ਉਹਨਾਂ ਦੀਆਂ ਸਾਹਮਣੇ ਆਈਆਂ ਜੀ। ਉਹ ਟੋਟਲ 71 ਨੇ 51 ਸਾਲ ਦੀ ਉਮਰ ਵਿੱਚ 71 ਪੁਸਤਕਾਂ ਕੌਮ ਨੂੰ ਦੇ ਕੇ ਗਏ। ਪਰ ਸਿੱਕੇ ਪਰ ਗੁਰਮਤ ਸਥਾਪਿਤ ਕਰਨ ਵਾਲੀਆਂ ਪੁਸਤਕਾਂ ਦੇ ਕੇ ਗਏ, ਜਿਹੜੇ ਅਖਬਾਰਾਂ ਵਿੱਚ ਤੇ ਉਂਜ ਲੇਖ ਲਿਖੇ, ਪੰਫਲੈਟ ਲਿਖੇ, ਉਹ ਵੀ ਇੱਕ ਸੰਜੀਦਗੀ ਬੜੀ ਜ਼ਰੂਰੀ ਜੇ ਸੰਕਲਪ ਤੋਂ। ਅਖਬਾਰ ਪੱਥਰ ਦੀ ਸਿਲ ਤੇ ਹੱਥ ਨਾਲ ਲਿਖੀ ਜਾਂਦੀ ਸੀ, ਪੱਥਰ ਛਾਪ ਘੱਟੋ ਘੱਟੋ ਪੱਥਰ ਦੀ ਸਿਲ 1.5 ਤੋਂ 2 ਮਨ ਦੀ ਹੁੰਦੀ ਸੀ, ਜਿਸ ਤੇ ਅਖਬਾਰ ਹੱਥ ਨਾਲ ਲਿਖੀ ਜਾਂਦੀ ਸੀ। ਇਹਨੂੰ ਆਪਣੇ ਅੰਦਰ ਜਰਾ ਮਹਿਸੂਸ ਕਰੋ, ਉਹ ਅਖਬਾਰ ਆਪ ਹੀ ਲਿਖਦੇ ਸੀ, ਰਾਈਟਰ ਵੀ ਉਹੀ ਸੀ ਜਿਹੜਾ ਤੇ ਜਿਹਨੂੰ ਕਿਹਾ ਜਾਂਦਾ ਨਾ ਅੱਜ ਕੱਲ ਦੀ ਲੈਂਗੁਏਜ ਵਿੱਚ ਹਾਂਜੀ ਐਡੀਟਰ ਨਹੀਂ ਜੀ, ਜਿਹੜੀ ਖੁਸ਼ਕਸਤ ਉਹਨੂੰ ਕਹਿੰਦੇ ਨੇ ਪੰਜਾਬੀ ਵਿੱਚ, ਮੈਂ ਅੰਗਰੇਜ਼ੀ ਚ ਦਿਮਾਗ ਵਿੱਚ ਨਾ ਭੁੱਲ ਰਿਹਾ, ਜਿਹੜੇ ਚੰਗੇ ਬਣਾ ਕੇ ਅੱਖਰ ਲਿਖਦੇ ਨੇ, ਠੀਕ ਹੈ ਨਾ ਜੀ। ਹਾਂਜੀ ਹਾਂਜੀ ਜੀ, ਤੇ ਉਹ ਵੀ ਉਹ ਆਪ ਹੀ ਲਿਖਦੇ ਸਾਜੇ, ਆਪ ਹੀ ਛਾਪਦੇ ਸੀ ਤੇ ਫਿਰ ਘਰ ਘਰ ਜਾ ਕੇ ਆਪ ਹੀ ਵੰਡਦੇ ਵੀ ਸੀ, ਆਪ ਹੀ ਪੋਸਟ ਕਰਦੇ ਸੀ ਤੇ ਬਾਜ਼ਾਰਾਂ ਵਿੱਚ ਖੜੇ ਹੋ ਕੇ ਮੁੱਲ ਵੀ ਆਪ ਹੀ ਵੇਚਦੇ ਸਾਜੇ। ਇਹ ਹੈ ਸੰਕਲਪ ਸਿੱਖੀ ਦਾ ਜਿਹਨੂੰ ਉਹਨਾਂ ਨੇ ਪੁਨਰ ਸੁਰਜੀਤ ਕੀਤਾ ਉਸ ਹਾਲਾਤ ਵਿੱਚ, ਜਿਹੜੇ 11 ਅਟੈਕ ਮੈਂ ਤੁਹਾਨੂੰ ਗਿਣਾਏ ਨੇ, ਉਸ ਅਟੈਕ ਵਿੱਚ ਆਈ ਹੋਈ ਸਿੱਖ ਕੌਮ ਨੂੰ ਗਰਕ ਹੋਣ ਤੋਂ ਬਚਾਇਆ, ਦੁਬਾਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਖੜਾ ਕੀਤਾ। ਅੱਜ ਉਸ ਗਿਆਨੀ ਦੇਵ ਸਿੰਘ ਜੀ ਦੀ ਅਸੀਂ 107ਵੀਂ ਬਰਸੀ ਮਨਾ ਰਹੇ ਹਾਂ ਤੇ ਮੈਂ ਉਹਨਾਂ ਦੀ ਇਸ ਬਰਸੀ ਤੇ ਆਪ ਸਾਰੇ ਪਾਠਕਾਂ ਵਿੱਚ ਉਹਨਾਂ ਨੂੰ ਜੀਵਤ ਕਰਨ ਦੀ ਇੱਕ ਕੋਸ਼ਿਸ਼ ਕੀਤੀ ਹੈ ਤੇ ਹਮੇਸ਼ਾ ਉਹਨਾਂ ਨੂੰ ਸੰਕਲਪ ਵਿੱਚ ਸਿਧਾਂਤ ਵਿੱਚ ਜੀਵਤ ਰੱਖੋ। ਅਯੋ ਜੇ ਸ਼ਖਸੀਅਤਾਂ ਨੂੰ ਕਦੇ ਕੌਮ ਵਿੱਚ ਮਰਨ ਨਾ ਦਿਓ, ਹਮੇਸ਼ਾ ਜਿੰਦਾ ਰੱਖੋ। ਵੱਧ ਘੱਟ ਅੱਖਰਾਂ ਲਈ ਜੀਵਾਂ ਦਾ ਜਾਂਚ ਰੱਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਫਤਿਹ ਗਜਾਨ ਤੋਂ ਅੱਜ ਇੱਕ ਬੇਨਤੀ ਕਰਦਾ, ਮੈਂ ਭੁੱਲ ਗਿਆ, ਅੰਬੇਡਕਰ ਸਿੱਖ ਫਾਊਂਡੇਸ਼ਨ ਦੇ ਨੌਜਵਾਨਾਂ ਦੀ ਸਵਾਰੀ ਸੰਸਥਾ ਦੀ, ਸਰਦਾਰ ਹਰਪ੍ਰੀਤ ਸਿੰਘ ਜੀ ਦੀ, ਸਰਦਾਰ ਹਰਪ੍ਰੀਤ ਸਿੰਘ ਮਾਪੂ ਜੀ ਦੀ, ਹੋਰ ਆਏ ਸਮੂਹ
ਸੱਚੇ ਸਰੋਤਿਆਂ ਦੀ ਜਿਨ੍ਹਾਂ ਨੇ ਮੈਨੂੰ ਨਵਾਜਿਆ, ਮੈਂ ਤਹਿ ਦਿਲ ਤੋਂ ਫਰਮਾਉਂਦੀ ਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਆਪ ਜੀ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ। ਹਾਂਜੀ ਸਿੰਘ ਸਾਹਿਬ, ਸੰਪਤ ਨਾਮ ਸਪਨ, ਹਾਂਜੀ ਸਪਨ, ਹਾਂਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।